ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਨੀਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ। ਮੈਂ ਜੀ ਆਇਆਂ। ਥੈਂਕ ਯੂ ਜੀ, ਸ਼ੁਕਰੀਆ ਜੀ। ਕੇਂਦਰੀ ਕੈਬਨਿਟ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਬਣੀ ਕਮੇਟੀ ਦੀਆਂ ਸਿਫਾਰਿਸ਼ਾਂ ਪ੍ਰਵਾਨ ਕਰ ਲਈਆਂ ਨੇ, ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ। ਔਰ ਇਹ ਸਿਫਾਰਿਸ਼ਾਂ ਪ੍ਰਵਾਨ ਕਰਨ ਤੋਂ ਬਾਅਦ ਇਹ ਬਿੱਲ ਸਰਦ ਰੁੱਤ ਦੇ ਸੈਸ਼ਨ 'ਚ, ਪਾਰਲੀਮੈਂਟ ਦੇ ਸੈਸ਼ਨ 'ਚ ਲਿਆਉਣ ਦਾ ਫੈਸਲਾ ਹੋ ਗਿਆ। ਹੁਣ ਕੀ ਜਿਹੜੀ ਸਿਫਾਰਿਸ਼ ਜਾਂ ਜਿਹੜੇ ਸੁਝਾਅ ਦਿੱਤੇ ਗਏ ਨੇ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਵਾਲੀ ਕਮੇਟੀ ਨੇ ਕਿ ਜਿੰਨੀਆਂ ਵੀ ਵਿਧਾਨ ਸਭਾਵਾਂ ਹੋਣੀਆਂ ਨੇ 38 ਤੋਂ ਪਹਿਲਾਂ ਉਹਨਾਂ ਦਾ ਕਾਰਜਕਾਲ ਵਧਾ ਦਿੱਤਾ ਜਾਵੇ 2029 ਤੱਕ, ਜਿਵੇਂ ਪੰਜਾਬ ਦੇ ਵਿੱਚ 2027 ਦੀਆਂ ਅਸੈਂਬਲੀ ਚੋਣਾਂ ਹੋਣੀਆਂ। ਕੀ ਹੁਣ ਇਹ 2029 ਚ ਜਾ ਕੇ ਹੋਣਗੀਆਂ, 27 ਚ ਨਹੀਂ ਹੋਣਗੀਆਂ? ਇਹ 2 ਸਾਲ ਦਾ ਕਾਰਜਕਾਲ ਜਿਹੜੇ MLAs ਨੇ ਜਾਂ ਇਹ ਸਰਕਾਰ, ਇਹਨੂੰ ਵੱਧ ਮਿਲ ਜੂਗਾ ਆਮ ਆਦਮੀ ਪਾਰਟੀ ਨੂੰ? ਇਸੇ ਤਰ੍ਹਾਂ ਦੀਆਂ 20 ਤੋਂ ਵੱਧ ਹੋਰ ਰਾਜਾਂ ਦੇ ਵਿੱਚ ਅਸੈਂਬਲੀਆਂ, ਕਿ ਉਹਨਾਂ ਨੂੰ ਵੀ ਅੱਗੇ ਵਧਾਤਾ ਜਾਊਗਾ? ਔਰ 29 ਦੇ ਵਿੱਚ ਜਦੋਂ ਇਕੱਠੀ ਇਲੈਕਸ਼ਨ ਹੋਊਗੀ ਤਾਂ ਕੀ ਉਸ ਤੋਂ ਬਾਅਦ ਜੇ ਕੋਈ ਅਸੈਂਬਲੀ ਭੰਗ ਹੋ ਜਾਂਦੀ ਤੇ ਉਹਦਾ ਕੀ ਹੋਊਗਾ? ਔਰ ਖਾਸ ਤੌਰ ਦੇ ਉੱਤੇ ਜੇ ਕੋਈ ਜ਼ਿਮਨੀ ਚੋਣ ਆਊਗੀ ਤਾਂ ਕੀ ਜ਼ਿਮਨੀ ਚੋਣ ਆਏਗੀ ਨਹੀਂ? ਜੇ ਕੋਈ ਮਰ ਜਾਂਦਾ ਹੈ ਜਾਂ ਕੋਈ ਪਾਰਟੀ ਬਦਲ ਲੈਂਦਾ ਹੈ ਤਾਂ ਕੀ ਉਸ ਤੋਂ ਨੈਕਸਟ ਜਿਹੜਾ ਜਿੱਤਿਆ ਹੋਊਗਾ ਉਹਨੂੰ ਮੌਕਾ ਮਿਲੂਗਾ ਜਾਂ ਉਹ ਸੀਟ ਖਾਲੀ ਰਹਿ ਜਾਊਗੀ? ਤੇ ਜੇ ਕੋਈ ਵਿਧਾਨ ਸਭਾ ਖਤਮ ਹੋ ਜਾਂਦੀ, ਭੰਗ ਹੋ ਜਾਂਦੀ ਹੈ, ਟੁੱਟ ਜਾਂਦੀ ਹੈ, ਤੇ ਉਸ ਤੋਂ ਬਾਅਦ ਕੀ ਉਹਨਾਂ 'ਚ ਰਾਸ਼ਟਰਪਤੀ ਰਾਜ ਲਿਆ ਕਰੂਗਾ? ਸੋ ਇਹ ਬਹੁਤ ਸਾਰੇ ਸਵਾਲ ਐਡਰੈਸ ਕਰਨ ਵਾਲੇ ਜਿਹਨਾਂ ਨੂੰ ਆਪਾਂ ਕਰਦੇ ਹਾਂ, ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਕਿ ਇਹ ਇੰਪਲੀਮੈਂਟ ਕਿਵੇਂ ਹੋਊਗੀ, ਕੀ ਕਾਨੂੰਨ ਦੇ ਵਿੱਚ, ਦੇਸ਼ ਦੇ ਸੰਵਿਧਾਨ ਦੇ ਵਿੱਚ ਕੁਝ ਸੋਧਾਂ ਦੀ ਲੋੜ ਪਊਗੀ, ਅਸੈਂਬਲੀਆਂ ਦੇ ਵਿੱਚ ਕੁਛ ਮਤੇ ਆਉਣਗੇ, ਸਾਰੀ ਗੱਲ ਨੂੰ ਸਮਝਦੇ ਹਾਂ। ਔਰ ਸੰਭਵ ਹੈ ਕਿ ਸੰਭਵ ਹੈ ਤੇ ਕਦੋਂ ਤੱਕ ਸੰਭਵ ਹੈ, ਕਦੋਂ ਤੱਕ ਦੇਸ਼ ਪੂਰੇ ਤੌਰ ਤੇ ਤਿਆਰ ਹੋ ਜਾਊਗਾ ਇਕੱਠੀ ਚੋਣ ਕਰਾਉਣ ਲਈ, ਆਪਾਂ ਨੂੰ ਸਮਝਦੇ ਹਾਂ। ਦੂਜਾ ਮਾਮਲਾ ਸਿੰਘ ਸਾਹਿਬਾਨ, ਕੀ ਸਿੱਖ ਕੌਮ ਦੀ ਖਿੰਡਰੀ ਹੋਈ ਰਾਜਨੀਤਿਕ ਸ਼ਕਤੀ ਨੂੰ ਇਕੱਠਾ ਕਰਨ ਲਈ ਹੰਬੜਾ ਮਾਰਨ ਲੱਗੇ? ਕੀ ਪੰਥਕ ਏਕਤਾ ਇੱਕ ਵਾਰੀ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥੱਲੇ ਹੋਊਗੀ? ਇਹ ਸਵਾਲ ਖੜਾ ਹੋ ਗਿਆ ਗੋਇੰਦਵਾਲ ਸਾਹਿਬ ਦੇ ਵਿੱਚ, ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਸਮਾਗਮ ਸੀਗੇ। ਉਹਨਾਂ ਸਮਾਗਮਾਂ ਦੇ ਵਿੱਚ ਸਿੰਘ ਸਾਹਿਬਾਨ ਬੋਲ ਰਹੇ ਸੀਗੇ। ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹ ਵੀ ਬੜੇ ਤਲਖ ਦਿਖੇ ਕੁਝ ਮਾਮਲਿਆਂ 'ਚ ਸਰਕਾਰਾਂ ਨੂੰ ਲੈ ਕੇ, ਉਹਨਾਂ ਦੀ ਨਾਰਾਜ਼ਗੀ ਤੇ ਸੀ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ, ਜਿਹੜੇ ਕਿ ਕਾਰਜਕਾਰੀ ਜਥੇਦਾਰ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਉਹਨਾਂ ਨੇ ਵੀ ਰਾਜਨੀਤਿਕ ਸ਼ਕਤੀ ਦੀ ਗੱਲ ਕੀਤੀ, ਸਿੱਖਾਂ ਦੇ ਰਾਜ ਦੀ ਗੱਲ ਕੀਤੀ, ਔਰ ਹੁਣ ਦੀ ਜਿਹੜੀ ਸਥਿਤੀ ਆ, ਸਰਕਾਰਾਂ ਜਿਵੇਂ ਟ੍ਰੀਟ ਕਰਦੀਆਂ ਨੇ ਸਿੱਖਾਂ ਦੇ ਆਗੂਆਂ ਨੂੰ, ਉਹਦੀ ਗੱਲ ਕੀਤੀ। ਲੇਕਿਨ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰਾਜਨੀਤਿਕ ਸ਼ਕਤੀ ਨੂੰ ਜਿਵੇਂ ਇਕੱਠਿਆਂ ਕਰਨ ਦੀ ਗੱਲ, ਏਕੇ ਚ ਪਰੋਣ ਦੀ ਗੱਲ ਕੀਤੀ ਆ। ਸੋ ਅਸੀਂ ਕੀ ਮੰਨ ਲਈਏ ਕਿ ਅਗਲੇ ਦਿਨਾਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਪੰਥਕ ਏਕਤਾ ਕਰਵਾਉਣ ਵੱਲ ਅੱਗੇ ਵਧਣਗੇ? ਆਪਾਂ ਇਹਨੂੰ ਸਮਝਦੇ ਹਾਂ ਬਹੁਤ ਧੜਿਆਂ 'ਚ ਵੰਡ ਹੋ ਗਈ ਕੌਮ ਦੀ ਸ਼ਕਤੀ, ਅਕਾਲੀਆਂ ਦੇ ਰੂਪ ਵਿੱਚ ਆਪਸੀ ਧੜੇ ਵੀ ਇਹਨਾਂ ਦੇ ਵੰਡੇ ਹੋਏ ਨੇ। ਸੋ ਆਪਾਂ ਇਹਨਾਂ ਸਾਰੇ ਮਾਮਲਿਆਂ 'ਚ ਜਾਂਦੇ ਹਾਂ। ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਜਦੋਂ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਵੇਲੇ, ਪਹਿਲਾਂ ਤਾਂ ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਰਾਈ ਜਾਊਗੀ, ਨਹੀਂ ਕਰਾਈ ਜਾਊਗੀ, ਸ਼ਗੂਫਾ ਤਾਂ ਨਹੀਂ ਆ। ਹੁਣ ਇੰਨੀ ਵੰਨ ਸੁਵੰਨਤਾ, ਸਾਡੇ ਸਟੇਟਾਂ ਦੇ ਵਿੱਚ ਵੀ ਹਰ 20 ਕਿਲੋਮੀਟਰ ਬਾਅਦ ਬੋਲੀ ਬਦਲ ਜਾਂਦੀ, ਰਹਿਣ ਸਹਿਣ ਬਦਲ ਜਾਂਦਾ, ਇਹ ਕਹਿਣ ਘੋਣ ਦੀਆਂ ਗੱਲਾਂ ਨਹੀਂ, ਆਪਾਂ ਜਿਉ ਕੇ ਦੇਖਿਆ ਸਾਰਿਆਂ ਨੇ। ਤੇ ਏਡੇ ਵੱਡੇ ਦੇਸ਼ ਵਿੱਚ ਜਿਹਦੇ ਵਿੱਚ ਬੇਸ਼ੁਮਾਰ ਰੰਗਾਂ ਦੇ ਲੋਕ ਨੇ, ਰੰਗਾਂ ਤੋਂ ਭਾਵ ਸੱਭਿਅਤਾਵਾਂ ਨੇ, ਕੀ ਹਰ ਚੀਜ਼ ਨੂੰ ਇੱਕ ਰੱਸੀ 'ਚ ਪਰੋਇਆ ਜਾ ਸਕਦਾ? ਇਹ ਇੱਕ ਸਵਾਲ ਬਣਦਾ ਹੀ ਹੈ। ਲੇਕਿਨ ਇੱਥੇ ਕੈਬਨਿਟ ਨੇ, ਯੂਨੀਅਨ ਕੈਬਨਿਟ ਨੇ ਉਹ ਪ੍ਰਸਤਾਵ, ਉਹ ਸਿਫਾਰਿਸ਼ਾਂ ਪ੍ਰਵਾਨ ਕਰ ਲਈਆਂ ਨੇ,
ਵਨ ਨੇਸ਼ਨ ਵਨ ਇਲੈਕਸ਼ਨ ਰਾਮਨਾਥ ਕੋਵਿੰਦ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਵਾਲੀ ਕਮੇਟੀ ਦੀਆਂ, ਮੈਂ ਇਹਨੂੰ ਕਿਵੇਂ ਲਵਾਂ ਤੁਹਾਡੇ ਤੋਂ? ਇੱਕ ਤਾਂ ਇਹਦਾ ਹੈਗਾ ਜੀ ਸਿੱਧਾ ਹੀ ਕੰਸਟੀਟਿਊਸ਼ਨਲ ਐਸਪੈਕਟ, ਤੇ ਇੱਕ ਹੈ ਕਿ ਇਹਦੇ ਪਿੱਛੇ ਇੰਟੈਂਸ਼ਨ ਕੀ ਹੈ ਜੀ। ਇੰਟੈਂਸ਼ਨ ਜ਼ਿਆਦਾ ਇਸ ਮਾਮਲੇ 'ਤੇ ਅਹਿਮੀਅਤ ਰੱਖਦੀ ਹੈ। ਉਹਦਾ ਕਾਰਨ ਹੈ 1967 ਤੱਕ ਇਹ ਚੋਣਾਂ ਇਕੱਠੀਆਂ ਹੀ ਹੁੰਦੀਆਂ ਸੀਗੀਆਂ, ਅਤੇ ਅਕਸਰ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਲੋਕ ਸਭਾ ਦੀ ਹੁੰਦੀ ਸੀਗੀ ਨਾ, ਉਹਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ। ਜਦੋਂ ਅਸੈਂਬਲੀ ਦੀ ਇਲੈਕਸ਼ਨ ਦੇ ਨਾਲ ਲੋਕ ਆਪਣੇ ਕੈਂਡੀਡੇਟ ਜਾਂਦੇ ਸੀ ਇਲੈਕਸ਼ਨ ਆਪਣੇ ਪਾਰਟੀਆਂ ਵਾਲੇ, ਉਹ ਲਫ਼ਜ਼ ਜਿਹਾ ਯੂਥ ਕਰਾ ਕਰਦੇ ਸੀਗੇ ਬਈ ਉੱਪਰਲੀ ਪਰਚੀ ਦਾ ਜਿਹਨੂੰ ਮਰਜ਼ੀ ਪਾ ਦਿਓ, ਪਰਚੀ ਕਹਿੰਦੇ ਹੁੰਦੇ ਸੀ ਉਦੋਂ ਵੋਟ ਨੂੰ, ਪਰ ਹੇਠਲੀ ਸਾਨੂੰ ਪਾ ਦਿਓ। ਮਤਲਬ ਇਹ ਬਰਾਡਰ ਜਿਹਾ ਸੀਗਾ ਇੱਕ ਸਟਾਈਲ, ਅਤੇ ਜਿਹੜੀ ਥਰਸਟ ਹੁੰਦਾ ਸੀ ਉਹ ਅਸੈਂਬਲੀ 'ਤੇ ਹੁੰਦਾ ਸੀਗਾ ਬਈ ਜਿਵੇਂ ਲੋਕ ਸਭਾ ਇਲੈਕਸ਼ਨ ਜਿਵੇਂ ਬਾਈ ਪ੍ਰੋਡਕਟ ਹੁੰਦਾ ਉਹਦਾ ਹਿਸਾਬ ਕਿਤਾਬ ਸੀਗਾ। ਚਲੋ 67 ਤੋਂ ਬਾਅਦ ਜਦੋਂ ਅਸੈਂਬਲੀਆਂ ਡਿਸਾਲਵ ਹੋਈਆਂ ਟੁੱਟੀਆਂ ਅਤੇ ਉਹ ਸਿਸਟਮ ਸਾਰਾ ਖਤਮ ਹੋ ਗਿਆ। ਉਹ ਤਾਂ ਮੈਂ ਜਿਹੜਾ ਕਹਿੰਦਾ ਵੀ ਆਪਣੇ ਕੰਸਟੀਟਿਊਸ਼ਨਲ ਐਸਪੈਕਟ ਉਹ ਹੈ, ਇਹ ਨਹੀਂ ਕੋਈ ਨਵੀਂ ਗੱਲ ਹੈਗੀ ਹੈ, 67 ਤੱਕ ਸੀਗਾ। 67 ਤੋਂ ਬਾਅਦ ਚੇਂਜ ਆਉਣੀ ਸ਼ੁਰੂ ਹੁੰਦੀ ਹੈ ਇਸ ਮੁਲਕ ਦੇ ਵਿੱਚ ਸਾਰੀ। ਲੋਕ ਸਭਾ ਵੀ ਟੁੱਟੀਆਂ ਮਿਆਦ ਤੋਂ ਪਹਿਲਾਂ, ਅਸੈਂਬਲੀਆਂ ਅਕਸਰ ਟੁੱਟੀਆਂ ਜਾਂ ਅਸੈਂਬਲੀਆਂ ਡਿਜ਼ਾਲਵ ਕਰ ਦਿੱਤੀਆਂ ਗਈਆਂ ਪ੍ਰੈਜੀਡੈਂਟ ਰੂਲ ਲਾ ਕੇ। ਸਰਕਾਰ ਦਿੱਲੀ ਦੇ ਵਿੱਚ ਬਦਲੀ, ਉਹਨੇ ਆ ਕੇ ਸਰਕਾਰ ਅਸੈਂਬਲੀਆਂ ਤੋੜਤੀਆਂ ਜਿਹੜੀਆਂ ਸੂਟ ਨਹੀਂ ਸੀ ਕਰਦੀ। ਇਹ ਸਾਰਾ ਫੈਨਾਮਨਾ ਲਗਾਤਾਰ ਚੱਲਦਾ ਰਿਹਾ। ਉਹਦੇ ਨਾਲ ਫਿਰ ਜਿਹੜਾ ਪੁਰਾਣਾ ਸਿਸਟਮ ਸੀ 67 ਤੱਕ ਦਾ, ਉਹ ਨੈਚੁਰਲੀ ਉਹ ਤਾਂ ਖਤਮ ਹੋਣਾ ਸੀਗਾ। ਉਹ ਤਾਂ ਇੱਕ ਆਸਪੈਕਟ ਹੈਗਾ। ਹੁਣ ਜਿੱਥੇ ਮੁਲਕ ਪਹੁੰਚ ਚੁੱਕਿਆ, ਹੁਣ ਇਹ ਇਲੈਕਸ਼ਨ ਇਸ ਢੰਗ ਨਾਲ ਕਰਾਉਣੀ ਜਿਵੇਂ 67 ਤੱਕ ਹੁੰਦਾ ਸੀਗਾ, ਉਹ ਪੋਸੀਬਲ ਨਹੀਂ ਹੈ। ਇਸ ਵੇਲੇ ਹਾਲਤ ਤਾਂ ਅੱਜ ਦੀ ਤਰੀਕ ਦੇ ਵਿੱਚ ਇਹ ਹੈ ਕਿ ਆ 4 ਅਸੈਂਬਲੀ ਇਲੈਕਸ਼ਨ ਇਸ ਸਾਲ ਦੇ ਵਿੱਚ ਡਿਊ ਸੀ, ਅਸੀਂ 4 ਅਸੈਂਬਲੀ ਇਲੈਕਸ਼ਨ ਵੀ ਇਕੱਠੀਆਂ ਨਹੀਂ ਕਰਾ ਸਕੇ। ਕਸ਼ਮੀਰ ਦੀ ਇਲੈਕਸ਼ਨ ਆਲਰੇਡੀ ਚੱਲ ਰਹੀ ਹੈ, ਇਸ ਤੋਂ ਬਾਅਦ ਹਰਿਆਣਾ, ਅਸੀਂ ਤਾਂ 2 ਸਟੇਟਸ ਦੀ ਵੀ ਇਕੱਠੀਆਂ ਨਹੀਂ ਕਰਾ ਰਹੇ, ਨਾ ਕਰਾ ਸਕਦੇ। ਅਤੇ ਅਸੀਂ ਨਾਅਰੇ ਤਾਂ ਆਪਣੇ ਫੈਸਲੇ ਤਾਂ ਵੱਡੇ ਕਰ ਰਹੇ ਹਾਂ ਵੀ ਵਨ ਨੇਸ਼ਨ ਵਨ ਇਲੈਕਸ਼ਨ, ਹਾਲਤ ਸਾਹਮਣੇ ਹੈ। ਜਿਹੜਾ ਮੁਲਕ 2 ਸਟੇਟਸ ਦੀ ਵੀ ਇਲੈਕਸ਼ਨ ਇਕੱਠੀ ਨਹੀਂ ਕਰਾ ਸਕਦਾ, J&K ਅਤੇ ਹਰਿਆਣਾ, ਇਹ ਪ੍ਰੈਕਟੀਕਲ ਐਸਪੈਕਟ ਹੈ ਨਾ। ਇਸ ਤੋਂ ਬਾਅਦ ਹੋਣੀ ਹੈ 2 ਸਟੇਟ ਦੀ, ਮਹਾਰਾਸ਼ਟਰ ਅਤੇ ਝਾਰਖੰਡ। ਅੱਜ ਦੀ ਤਰੀਕ ਦੇ ਵਿੱਚ ਹਾਲਤ ਇਹ ਹੈ, ਇੱਥੇ ਕੋਈ ਕੰਸਟੀਟਿਊਸ਼ਨਲ ਅਮੈਂਡਮੈਂਟ ਦੀ ਲੋੜ ਨਹੀਂ, ਕਿਸੇ ਗੱਲ ਦੀ ਲੋੜ ਨਹੀਂ, ਸਿਰਫ ਇੱਕ ਫੈਸਲਾ ਲੈਣਾ ਸੀ ਕਿ 4 ਸਟੇਟ ਦੀ ਇਲੈਕਸ਼ਨ ਇਕੱਠੀਆਂ ਕਰਾਉਣੀ। ਸਾਡੇ ਕੋਲ ਉਹ ਵੀ ਅਰੇਂਜਮੈਂਟ ਨਹੀਂ ਹੈ, ਅਤੇ ਜੇ 4 ਸਟੇਟ ਦਾ ਇਕੱਠੇ ਦਾ ਕਰਾਉਣ ਦਾ ਅਰੇਂਜਮੈਂਟ ਨਹੀਂ ਹੈ ਤਾਂ ਸਾਰੇ ਹਿੰਦੁਸਤਾਨ ਦੀ ਗੱਲ, ਅਸੈਂਬਲੀ ਅਤੇ ਲੋਕ ਸਭਾ ਕਿਵੇਂ ਗੱਲ ਕਰਦੇ ਹਾਂ ਅਸੀਂ? ਸੋ ਇਹ ਤਾਂ ਇੱਕ ਸਾਹਮਣੇ ਦਾ ਐਸਪੈਕਟ ਹੈਗਾ। ਇੱਕ ਹੈ ਇੰਟੈਂਸ਼ਨ, ਬਾਕੀ ਗੱਲਾਂ ਤਾਂ ਸਾਰੀਆਂ ਕੀਤੀਆਂ ਜਾ ਰਹੀਆਂ ਵੀ ਫੈਡਰਲਿਜ਼ਮ ਦੇ ਖਿਲਾਫ ਹੈ ਜੀ, ਇਹ ਇਸ ਤਰ੍ਹਾਂ ਹੈ ਜੀ, ਉਹ ਸਾਰਾ ਡਿਸਕਸ਼ਨ ਇਹ ਲਗਾਤਾਰ ਚੱਲਦੀ ਆ ਰਹੀ ਹੈ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ, ਜਦੋਂ ਤੋਂ ਪ੍ਰਪੋਜ਼ਲ ਸਾਹਮਣੇ ਆਈ, ਜਦੋਂ ਤੋਂ ਕਮੇਟੀ ਬਣੀ, ਕੋਵਿਡ ਕਮੇਟੀ। ਇਹ BJP ਦਾ ਸੰਘ ਦਾ ਏਜੰਡਾ ਹੈ, ਇਹ ਜਿਹੜਾ ਹੁਣ ਲੇਟੈਸਟ ਏਜੰਡਾ ਹੈ। ਹੁਣ ਪਹਿਲਾਂ ਸੀ ਹੁਣ ਯੂਨੀਫਾਰਮ ਸਿਵਲ ਕੋਡ, ਵਨ ਨੇਸ਼ਨ ਵਨ ਇਲੈਕਸ਼ਨ, ਇਹ ਦੋਵੇਂ ਸੰਘ ਪਰਿਵਾਰ ਦੇ ਏਜੰਡੇ ਦਾ ਪਾਰਟ ਹੈ ਜੀ। ਅਤੇ ਮੁਲਕ ਪਹਿਲਾਂ ਗੱਲਾਂ ਬੜੀਆਂ ਕੀਤੀਆਂ ਜਾ ਚੁੱਕੀਆਂ ਵੀ ਡਾਈਵਰਸ ਹੈ ਸਾਰਾ, ਇਹ ਮੁਲਕ ਨੂੰ ਇੱਕ ਧਾਗੇ 'ਚ ਪਰਾਉਣਾ ਚਾਹੁੰਦੇ ਆ ਸਾਰੇ ਨੂੰ।
ਉਹ ਜਿਹੜਾ ਇਹਨਾਂ ਦਾ ਇਹ ਨਿਸ਼ਾਨਾ ਉਹ ਤੇ ਓਬਜੈਕਸ਼ਨ ਹੈ ਸਾਰੀ ਗੱਲ ਤੇ ਆ ਕੇ। ਤੁਸੀਂ ਆਪਣੀ ਜਿਹੜੀ ਵਨਨੈਸ ਹੈ ਹਿੰਦੂਆਈਜੇਸ਼ਨ, ਇਹ ਲਵ ਹਿੰਦੂਆਈਜੇਸ਼ਨ ਹੈ ਇਹਦਾ, ਵੀ ਤੁਸੀਂ ਉਹਨੂੰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਥਰੂ ਬੈਕਡੋਰ, ਉੱਥੇ ਓਬਜੈਕਸ਼ਨ ਹੈ ਸਾਰੀ ਗੱਲ ਤੇ ਆ ਕੇ। ਹਰ ਇਲਾਕੇ ਦੀਆਂ ਇਸ ਵੇਲੇ ਸਮੱਸਿਆਵਾਂ ਵੱਖਰੀਆਂ 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 ਤਾਂ ਪਹਿਲਾਂ ਵੀ ਸੀ, 47 ਤੋਂ ਬਾਅਦ ਜੋ 67 ਤੱਕ ਇਹ ਇਲੈਕਸ਼ਨਾਂ ਇਕੱਠੀਆਂ ਹੁੰਦੀਆਂ ਸੀਗੀਆਂ, ਇਸ਼ੂ ਕਈ ਵਾਰੀ ਰਲਗੱਡ ਹੋ ਜਾਂਦੇ ਆ। ਜਿੱਥੇ ਹੁਣ ਇਹ ਸਾਰੀ ਸਿਚੁਏਸ਼ਨ ਪਹੁੰਚ ਚੁੱਕੀ ਹੈ, ਉੱਥੇ ਹੁਣ ਲੋੜ ਹੈਗੀ ਹੈ ਕੰਸਟੀਟਿਊਸ਼ਨਲ ਅਮੈਂਡਮੈਂਟਸ ਮੇਜਰ ਹੋਣੀ ਹੈ। ਇਸ ਵੇਲੇ ਜਿਹੜੀ ਪੋਜੀਸ਼ਨ ਹੈ ਲੋਕ ਸਭਾ ਦੇ ਵਿੱਚ, ਉਹਦੇ ਵਿੱਚ ਮੇਰੇ ਖਿਆਲ ਪੋਸੀਬਲ ਵੀ ਨਹੀਂ। ਅਤੇ ਜੇ ਅੱਜ ਇਹ ਅਮੈਂਡਮੈਂਟ ਮੂਵ ਕਰਨੀ ਸ਼ੁਰੂ ਕਰਨ ਤਾਂ ਮੇਰੇ ਖਿਆਲ ਸਾਲ ਲੱਗ ਜਾਏਗਾ ਇਹਨਾਂ ਨੂੰ ਸਾਰੇ ਸਟੇਟਸ 'ਚੋਂ ਪਾਸ ਕਰਾਉਂਦੇ, ਸਾਰਾ ਕੁਛ ਕਰਦੇ, ਅਤੇ 29 ਟਾਰਗੇਟ ਸ਼ਾਇਦ ਨਾ ਹੋਵੇ ਇਹਨਾਂ ਦਾ, ਅਤੇ ਟਾਰਗੇਟ ਉਸ ਤੋਂ ਬਾਅਦ ਨਾ ਹੋਵੇ। ਲੇਕਿਨ ਇੱਕ ਉਹਨਾਂ ਨੇ ਜਿਹੜਾ ਆਪਣਾ ਏਜੰਡਾ ਸੀਗਾ ਉਹ ਅਨਲਿਸ਼ ਕਰਤਾ, ਔਰ ਬੀਜੇਪੀ ਦੇ ਬਾਰੇ, ਕਿਉਂਕਿ ਪਹਿਲਾਂ ਤਾਂ ਚਲੋ ਮੈਜੋਰਿਟੀ ਸੀਗੀ, ਪਹਿਲਾਂ ਤਾਂ ਇਹਨਾਂ ਨੇ ਪੁਸ਼ ਕੀਤੇ ਏਜੰਡੇ ਸਾਰੇ ਆਪਣੇ, ਸਟਰੀਮ ਰੋਲ ਕੀਤੇ, ਪੁਸ਼ ਵੀ ਨਹੀਂ ਕੀਤੇ, ਸਟਰੀਮ ਰੋਲ ਕੀਤੇ ਸੀਗੇ। ਹੁਣ ਸਟਰੀਮ ਰੋਲ ਕਰਨ ਦੀ ਹਾਲਤ ਦੇ ਵਿੱਚ ਨਹੀਂ ਹੈ। ਹੁਣ ਇਹਨਾਂ ਦੀ ਸਰਕਾਰ ਵਿਸਾਖੀਆਂ ਦੇ ਸਾਰੇ ਖੜ੍ਹੀ ਹੈ, ਜਿਹੜੀ ਸਰਕਾਰ ਆਪਣੇ ਆਪ ਦੇ ਵਿੱਚ ਜਿਹੜੀ ਪਾਰਟੀ ਮੈਜੋਰਿਟੀ ਦੇ ਵਿੱਚ ਨਹੀਂ ਹੈ, ਉਹ ਐਡਾ ਵੱਡਾ ਮੇਜਰ ਕੰਸਟੀਟਿਊਸ਼ਨਲ ਅਮੈਂਡਮੈਂਟ ਦਾ ਫੈਸਲਾ ਮੇਰੇ ਖਿਆਲ ਦੇ ਵਿੱਚ ਇੰਪਲੀਮੈਂਟ ਕਰਨ ਦੇ ਕਾਬਲ ਨਹੀਂ ਹੈ। ਫੈਸਲਾ ਲੈ ਸਕਦੇ ਹਾਂ ਕਿ ਸਾਡਾ, ਅਸੀਂ ਕੈਬਨਿਟ ਫੈਸਲਾ ਲੈ ਲਿਆ, ਲੇਕਿਨ ਜੇ ਇੰਪਲੀਮੈਂਟ ਕਿਵੇਂ ਕਰਨਾ ਹੈ, ਸਮੱਸਿਆ ਉੱਥੇ ਆਏਗੀ। ਬਾਕੀ ਆਸਪੈਕਟ ਮੈਂ ਪਹਿਲਾਂ ਕਿਹਾ ਵੀ ਇੰਟੈਂਸ਼ਨ ਦੇ ਪਿੱਛੇ ਜੋ ਕੁਛ ਹੈਗਾ ਉਹ ਵੱਖਰਾ ਆਸਪੈਕਟ, ਉਹ ਜ਼ਰਾ ਸੀਰੀਅਸ ਜੀ। ਸਾਹਮੀਰ ਸਿੰਘ ਜੀ, ਮੈਂ ਦੇਖ ਰਿਹਾ ਕਿ ਇਹਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਕੁਝ, ਉਹਦੇ ਵਿੱਚ ਇਹਦਾ ਮਤਲਬ, ਜੇ ਮੈਂ ਆਪਣੇ ਸਰੋਤਿਆਂ ਲਈ, ਦਰਸ਼ਕਾਂ ਲਈ ਥੋੜਾ ਜਿਹਾ ਹੋਰ ਸਿੰਪਲ ਭਾਸ਼ਾ ਚ ਕਵਾਂ, ਜੇ ਇਹ ਨੋਟੀਫਿਕੇਸ਼ਨ ਹੋ ਜਾਂਦਾ ਵਨ ਨੇਸ਼ਨ ਵਨ ਇਲੈਕਸ਼ਨ ਦਾ, ਅਜੇ ਤਾਂ ਸਿਧਾਂਤਕ ਤੌਰ ਤੇ ਪ੍ਰਵਾਨਗੀ ਦਿੱਤੀ ਕੈਬਨਿਟ ਨੇ ਸਿਫਾਰਿਸ਼ਾਂ ਨੂੰ, ਜੇਕਰ ਇਹ ਨੋਟੀਫਿਕੇਸ਼ਨ ਹੁੰਦਾ ਹੈ ਤਾਂ ਉਹ ਤੋਂ ਬਾਅਦ ਫਿਰ ਜਿਹੜੀਆਂ ਇਲੈਕਸ਼ਨ ਹੋਣੀਆਂ ਨੇ 25 ਦੇ ਵਿੱਚ, 26 ਦੇ ਵਿੱਚ, 27 ਦੇ ਵਿੱਚ, ਇਹ 29 ਚ ਚਲੀਆਂ ਜਾਣਗੀਆਂ ਵਿਧਾਨ ਸਭਾ ਦਾ ਜਿਹੜਾ ਹੋਣ ਵਾਲਾ ਜਿਹੜੀ ਟਰਮ ਹੈ। ਜਿਵੇਂ ਮੰਨ ਲਓ ਆਮ ਆਦਮੀ ਪਾਰਟੀ ਨੂੰ ਜਿਹੜੇ 27 ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੋਣ ਵਾਲੀ, ਇਹ ਨਹੀਂ ਹੋਊਗੀ, ਇਹ 29 ਚਲੇ ਜਾਊਗੀ ਜੀ। ਇਹਦਾ ਮਤਲਬ ਹੈ ਕਿ ਜੇ 25 ਨੂੰ ਵੀ ਵਿੱਚ ਪਾ ਲਿਆ ਜਾਂਦਾ ਤਾਂ ਇਹਦੇ ਵਿੱਚ ਬਿਹਾਰ 'ਚ ਨਵੰਬਰ 'ਚ ਹੋਣੀ, 25 'ਚ ਪੱਛਮੀ ਬੰਗਾਲ 'ਚ, 26 'ਚ ਹੈ, ਤਮਿਲਨਾਡੂ, ਅਸਮ, ਕੇਰਲ, ਪੁਡੂਚੇਰੀ, ਮਣੀਪੁਰ, ਗੋਆ, ਪੰਜਾਬ, ਉੱਤਰਾਖੰਡ, ਉੱਤਰ ਪ੍ਰਦੇਸ਼, ਗੁਜਰਾਤ, ਇਹ ਸਾਰੇ ਦੇ ਸਾਰੇ ਜਿੰਨੇ ਵੀ ਰਾਜ ਹੈਗੇ ਆ, ਇਹਨਾਂ ਦੀ ਇਲੈਕਸ਼ਨ ਜਿਹੜੀ ਉਹ ਅੱਗੇ ਚਲੇ ਜਾਊਗੀ ਜੀ 29 ਦੇ ਵਿੱਚ, ਕਿਉਂਕਿ ਫਿਰ ਕੁਝ ਅਸੈਂਬਲੀਆਂ ਜਿਹੜੀਆਂ 2 ਸਾਲ ਦੇ ਵਕਫੇ ਤੇ ਹੋਣਗੀਆਂ, ਜਿਹਨਾਂ ਦੀ ਟਰਮ ਖਤਮ ਹੋ ਰਹੀ ਹੋਊਗੀ। ਜੇ ਨੋਟੀਫਿਕੇਸ਼ਨ ਹੋ ਜਾਂਦਾ ਕਿ ਅੱਜ ਤੋਂ ਬਾਅਦ ਇੱਕ ਇਲੈਕਸ਼ਨ ਹੋਊਗੀ ਦੇਸ਼ ਵਿੱਚ, ਇੱਕ ਇਲੈਕਸ਼ਨ, ਤਾਂ ਫਿਰ ਸਾਰੀਆਂ ਇਲੈਕਸ਼ਨਾਂ ਕੁਦਰਤੀ ਤੌਰ ਤੇ ਸੰਵਿਧਾਨਕ ਸੋਧ ਨਾਲ ਅੱਗੇ ਵਧਾਤੀਆਂ ਜਾਣਗੀਆਂ। ਉਹਨਾਂ ਨੂੰ 2 ਸਾਲ ਦਾ ਟਰਮ ਇੱਕ ਆਪਣੇ ਆਪ ਹੀ ਮਿਲ ਜਾਊਗਾ, ਜਿਹੜੀ ਆ 27 ਚ, ਜਿਵੇਂ ਮੰਨ ਲਓ ਆਪਾਂ ਪੰਜਾਬ ਨੂੰ ਟਾਰਗੇਟ ਕਰੀਏ, ਕੀ ਕਹਿੰਦੇ ਹੋ? ਨਹੀਂ, ਆਪਣੇ ਆਪ ਟਰਮ ਤਾਂ ਨਹੀਂ ਦਿੱਤੀ ਜਾ ਸਕਦੀ ਕੋਈ ਵੀ ਸੋਧ ਕਰਕੇ ਵੀ, ਤੁਸੀਂ ਜਦੋਂ ਲੋਕਾਂ ਨੇ ਚੁਣੇ ਹੀ ਨਹੀਂ, ਉਦੋਂ ਬਾਅਦ ਗਵਰਨਰ ਰੂਲ ਲਾਉਣਾ ਜਾਂ ਤੁਸੀਂ ਕਰਨਾ ਕੀ ਹੈ ਇਹ ਦੇਖਣਾ ਪਏਗਾ। ਤੁਸੀਂ ਇੱਕ ਅਸੈਂਬਲੀ ਦੀ ਕੰਸਟੀਟਿਊਸ਼ਨ ਸੋਧ ਕਰਕੇ ਉਹ ਇਲੈਕਟਡ ਆਏ ਨਹੀਂ ਕਰ ਸਕਦੇ ਕਿ ਕੰਟੀਨਿਊ ਕਰ ਰਹੀ ਹੈ ਉਹਨਾਂ ਚਿਰ 5 ਸਾਲ, ਜਿੰਨਾ ਚਿਰ ਅਜੇ ਤੱਕ ਦੀ ਗੱਲ ਹੈ। ਬਾਕੀ ਨੋਟੀਫਿਕੇਸ਼ਨ ਐਡਾ ਸੌਖਾ ਕੰਮ ਵੀ ਨਹੀਂ ਹੈ। ਸਭ ਤੋਂ ਪਹਿਲਾਂ ਦੇ 2 ਮਾਮਲੇ ਨੇ ਅਸਲ 'ਚ, ਇੱਕ ਤਾਂ ਹੈਗਾ ਜਿਹੜਾ ਇਹਦਾ ਵਿਚਾਰਕ ਪੱਖ, ਬੀਜੇਪੀ ਲਾਲ ਕ੍ਰਿਸ਼ਨ ਅਡਵਾਨੀ ਹੋਣੀ ਸ਼ੁਰੂ ਤੋਂ
ਕਦੇ ਕਦੇ ਇਹ ਰਾਏ ਦਿੰਦੇ ਰਹੇ ਨੇ ਕਿ ਭਾਰਤ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੋਣੀ ਚਾਹੀਦੀ ਹੈ, ਪਾਰਲੀਮੈਂਟਰੀ ਗਵਰਨਮੈਂਟ ਦੀ ਬਜਾਏ। ਇਹ ਦੋ ਦੁਨੀਆਂ ਦੇ ਵਿੱਚ ਦੋ ਮਾਡਲ ਕੰਮ ਕਰਦੇ ਨੇ। ਇੱਕ ਅਮਰੀਕਨ ਮਾਡਲ ਹੈ ਜਿਹੜਾ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ, ਭਾਵੇਂ ਉੱਥੇ ਸਟੇਟਾਂ ਨੂੰ ਰਾਈਟ ਹੈਗੇ ਨੇ ਆਪਣੇ ਲੈਵਲ ਦੇ ਨੇ, ਪਰ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਓਵਰਆਲ ਵੋਟਾਂ ਦੇ ਮਾਮਲੇ ਦੇ ਵਿੱਚ। ਜਿਹੜਾ ਪ੍ਰੈਜ਼ੀਡੈਂਟ ਦੀ ਚੋਣ ਹੁੰਦੀ ਹੈ, ਜਦੋਂ ਡਿਬੇਟਾਂ ਹੁੰਦੀਆਂ ਨੇ, ਅੱਜ ਕੱਲ੍ਹ ਚੱਲ ਰਹੀ ਹੈ ਡਿਬੇਟ ਪ੍ਰੈਜ਼ੀਡੈਂਟ ਚੋਣ ਦੇ ਮਾਮਲੇ ਦੇ ਵਿੱਚ। ਹੁਣ ਕੀ ਜਿੱਥੇ ਪਾਰਲੀਮੈਂਟਰੀ ਸੈਟਅਪ ਹੈਗੇ ਨੇ, ਸਾਡੇ ਕਾਂਸਟੀਟਿਊਸ਼ਨ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਬਹੁਤ ਸੋਚ ਵਿਚਾਰ ਤੋਂ ਬਾਅਦ ਇੱਥੇ ਚੁਣਿਆ ਸੀ ਪਾਰਲੀਮੈਂਟਰੀ ਸਿਸਟਮ, ਕਿਉਂਕਿ ਕੰਟਰੀ ਦੀ ਜਿੰਨੀ ਡਾਇਵਰਸ ਪੋਜੀਸ਼ਨ ਹੈ, ਜਿੰਨੀਆਂ ਬੋਲੀਆਂ, ਜਿੰਨੇ ਧਰਮ, ਜਿੰਨੇ ਹਿਸਟਰੀ, ਜਿੰਨੀਆਂ ਬਾਕੀ ਚੀਜ਼ਾਂ ਨੇ, ਉਹਨੂੰ ਦੇਖ ਕੇ ਫਿੱਟ ਹੀ ਨਹੀਂ ਹੈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਸਾਡੇ। ਦੂਜੀ ਗੱਲ, ਜੇ ਫਿਰ ਇਨ ਕੇਸ ਤੁਸੀਂ ਕਰਦੇ ਹੋ ਕਿ ਅਮਰੀਕਨ ਟਾਈਪ ਦਾ ਫੈਡਰਲ ਸਟਰਕਚਰ ਕਰੋਗੇ ਜਿੱਥੇ ਡਬਲ ਝੰਡੇ ਵੀ ਹੋਣਗੇ, ਡਬਲ ਕਾਂਸਟੀਟਿਊਸ਼ਨ ਵੀ ਹੋ ਸਕਦੇ ਨੇ ਅਤੇ ਡਬਲ ਸੈਟਅਪ ਵੀ ਹੋਏਗਾ, ਉਸ ਲੈਵਲ ਦਾ ਸਟੇਟਾਂ ਨੂੰ ਰਾਈਟ ਹੋਣਗੇ, ਕਈ ਸਟੇਟਾਂ ਨੂੰ ਫੋਰਨ ਮਾਮਲਿਆਂ ਦੇ ਵਿੱਚ ਵੀ ਡਾਇਰੈਕਟ ਕੁਝ ਸਮਝੌਤੇ ਕਰਨ ਦੇ ਰਾਈਟ ਹੋਣਗੇ, ਉੱਡਾ ਕਰੋਗੇ। ਜੇ ਉਹ ਕੁਝ ਵੀ ਨਹੀਂ ਹੈ ਫਿਰ ਤਾਂ ਓਵਰਆਲ ਸੈਂਟਰਲਾਈਜੇਸ਼ਨ ਆਫ ਪਾਵਰ ਹੈ। ਜਿਵੇਂ ਤੁਸੀਂ ਇਕਾਨਮੀ ਦੇ ਵਿੱਚ ਕੀਤਾ, ਫਾਈਨੈਂਸ਼ੀਅਲ ਪੋਜੀਸ਼ਨ ਦੇ ਵਿੱਚ ਕੀਤਾ, ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਤੁਸੀਂ ਕੀਤਾ ਕਿ ਇਹ ਸਭ ਤੋਂ ਬੜਾ ਸਾਡੀ ਆਜ਼ਾਦੀ ਤੋਂ ਬਾਅਦ ਰਾਤ ਨੂੰ 12 ਵਜੇ ਪਾਰਲੀਮੈਂਟ ਲਾ ਰਹੇ ਹੋ, ਇਹ ਕਹਿ ਕੇ ਕਿ ਇਹ ਰੈਵਨਿਊ ਦੇ ਮਾਮਲੇ 'ਚ ਸਭ ਤੋਂ ਬੜਾ ਸਾਡਾ ਰਿਫੋਰਮ ਹੈ। ਸਾਰੀਆਂ ਸਟੇਟਾਂ ਕਿੱਧਰ ਗਈਆਂ ਨੇ, ਕੀ ਕਰ ਰਹੀਆਂ ਨੇ ਹੁਣ GST ਤੋਂ ਬਾਅਦ? ਪਹਿਲਾਂ ਤਾਂ ਸਾਡੇ ਵਾਲਿਆਂ ਨੇ ਵੀ ਸਭ ਨੇ ਦੇਤੀ ਵੀ ਇਹ ਠੀਕ ਹੈ ਜੀ, ਠੀਕ ਹੈ ਜੀ, ਬਹੁਤ ਵਧੀਆ ਚੱਲ ਰਿਹਾ ਕੰਮ। ਹੁਣ ਜਿਹੜੀਆਂ ਸਾਰੀਆਂ ਸਟੇਟਾਂ ਰੋ ਰਹੀਆਂ ਨੇ, ਉਹਨਾਂ ਨੂੰ ਪਤਾ ਲੱਗਦਾ ਕਿ ਇਹ ਕਿੱਡਾ ਕੁ ਵੱਡਾ ਰਿਫੋਰਮ ਹੈ। ਰਿਫੋਰਮ ਬਹੁਤ ਵੱਡਾ ਸੀ, ਬਿਲਕੁਲ 5 ਸਾਲ ਉਹਨਾਂ ਨੇ ਕਹਿਤਾ ਵੀ ਤੁਹਾਨੂੰ ਦਿਆਂਗੇ, ਕੋਈ ਨੀ ਜਿੰਨਾ ਘਟੂਗਾ ਰੈਵਨਿਊ ਦਿਆਂਗੇ। ਜਦ 5 ਸਾਲ ਤਾਂ ਚੁਟਕੀ 'ਚ ਲੰਘ ਜਾਂਦੇ ਨੇ, ਉਹ ਲੰਘ ਗਏ ਨੇ। ਹੁਣ ਉਹ ਕਹਿੰਦੇ ਨੇ ਦੱਸੋ ਜੀ ਕਿੱਥੇ ਆਪਦਾ ਵਧਾਉਣਾ, ਵਧਾ ਲਓ, ਨਹੀਂ ਤਾਂ ਨਾ ਸੀ, ਤੁਹਾਡਾ ਨਹੀਂ ਦੇ ਰਿਹਾ ਸੀ। ਇਹ ਉਹੋ ਜਿਹੇ ਪੋਲੀਟੀਕਲ ਰਿਫੋਰਮ ਹੈ ਇੱਕ ਟਾਈਪ ਦਾ, ਜਿਹਾ ਜਿਹਾ ਵਿੱਤੀ ਮਾਮਲੇ ਦੇ ਵਿੱਚ ਕੀਤਾ ਗਿਆ ਸੀ ਉਸ ਲੈਵਲ ਤੇ। ਅਗਲੀ ਗੱਲ ਇਹ ਹੈ ਕਿ ਇਹ ਅਨਨੈਚੁਰਲ ਪੈਟਰਨ ਨੇ। ਡੈਮੋਕ੍ਰੇਸੀ 'ਚ ਜਿੱਥੇ ਲੋਕ ਫੈਸਲਾ ਕਰਦੇ ਨੇ, ਜਿੱਥੇ ਲੋਕ ਫਤਵਾ ਨਹੀਂ ਦਿੰਦੇ ਤੁਹਾਨੂੰ, ਕਿਤੇ ਵਾਜਵਾ ਫਤਵਾ ਨਹੀਂ ਦਿੰਦੇ ਕਿ ਇੰਨਾ ਤੇਰੀ ਸਰਕਾਰ ਬਣੇਗੀ ਨਹੀਂ ਬਣੇਗੀ, ਅੱਧ ਵਿਚਾਲੇ ਹੁੰਦੀਆਂ ਨੇ ਸਰਕਾਰਾਂ, ਅੱਧ ਵਿਚਾਲੇ ਵੀ ਟੁੱਟਦੀਆਂ ਨੇ ਜੇ ਨਹੀਂ ਤੁਹਾਡੇ ਕੋਲ ਪੂਰਨ ਬਹੁਮਤ। ਇਹ ਰਾਈਟ ਲੋਕਾਂ ਕੋਲ ਹੋਣਾ ਚਾਹੀਦਾ, ਜਦ ਮਰਜ਼ੀ ਚੋਣ, ਜੇ ਉਹ ਅੱਧ ਵਿਚਾਲੇ ਟੁੱਟ ਗਈ ਜਾਂ ਰਾਈਟ ਤੁਸੀਂ ਦੇ ਤਾ ਉੱਪਰ ਕਿਸੇ ਨੂੰ ਕਿ ਅਸੀਂ ਨਹੀਂ ਜੀ, ਤੇਰਾ ਤਾਂ ਮਤ ਮਾਮਲਾ ਸੀ, ਇੱਕ ਵਾਰ ਵੋਟ ਦੇਤੀ, ਤੁਸੀਂ ਜਿਹੜਾ ਮਰਜ਼ੀ ਫਤਵਾ ਦਿੱਤਾ, ਸਰਕਾਰ ਤਾਂ ਚੱਲੂਗੀ ਅੱਗੇ। ਐਵੇਂ ਸਰਕਾਰ ਕਿਵੇਂ ਚੱਲੂਗੀ, ਕਿਹੜੀ ਸਰਕਾਰ ਕਿਵੇਂ ਚੱਲਦੀ ਹੁੰਦੀ? ਤੇ ਇਹ ਠੀਕ ਹੈ ਕਿ ਇਹਦੇ ਰਸਤੇ 'ਚ ਅਜੇ ਬਹੁਤ ਜ਼ਿਆਦਾ ਉਹ ਜਦੋਂ ਅਪਰੋਚ ਦੇ ਲੈਵਲ 'ਤੇ ਸੈਂਟਰਲਾਈਜੇਸ਼ਨ ਹੈ ਤੁਹਾਡੀ ਪੂਰੀ ਦੀ ਪੂਰੀ ਪਕੜ ਦੇ ਤੌਰ 'ਤੇ, ਫਿਰ ਇੱਕ ਕੰਪੇਨ ਵੀ ਚੱਲਦੀ ਹੈ। ਕੰਪੇਨ 'ਚ ਕਿਹਾ ਜਾਂਦਾ ਕਿ 2-ਪਾਰਟੀ ਸਿਸਟਮ ਹੋ ਜਾਣਾ ਚਾਹੀਦਾ ਸਾਡੇ, ਜਿਵੇਂ ਬਾਕੀ ਕਈ ਦੇਸ਼ਾਂ ਦੇ ਵਿੱਚ ਹੈ, ਡਿਵੈਲਪਡ ਕੰਟਰੀ ਦੇ ਵਿੱਚ। ਇਹ ਰਾਏ ਬਹੁਤ ਵਾਰ ਦਿੱਤੀ ਜਾਂਦੀ ਹੈ ਲੋਕਾਂ ਵੱਲੋਂ ਆਰਟੀਕਲਾਂ ਦੇ ਰੂਪ 'ਚ ਬਾਕੀ ਵੀ, ਕਿ ਜਿਹੜੀਆਂ ਰੀਜਨਲ ਗਰੁੱਪ ਨੇ, ਰੀਜਨਲ ਪਾਰਟੀਆਂ ਨੇ, ਹੁਣ ਵੀ ਜਿਹੜਾ NDA ਬਣਦਾ ਤੇ ਇਹ UPA ਬਣਿਆ ਸੀ ਜਾਂ ਅੱਜ ਕੱਲ੍ਹ ਇੰਡੀਆ ਅਲਾਇੰਸ ਬਣਦਾ, ਉਹਦੀ ਨੇਚਰ ਸਮਝੀ ਜਾਂਦੀ ਹੈ ਇੱਕ ਲੈਵਲ ਦੀ ਕਿ ਉੱਧਰ ਨੂੰ ਜਾ ਰਿਹਾ ਜੀ ਸਾਡਾ। ਸ਼ਾਇਦ ਕਈ ਲੋਕ ਇਹ ਕਹਿੰਦੇ ਨੇ ਕਿ ਇੱਕ ਵੱਡੀ ਪਾਰਟੀ ਆ, ਉਹਦੇ ਇਰਦ ਗਿਰਦ ਬਾਕੀ ਇਕੱਠੇ ਹੋ ਜਾਓ, 2 ਬਲੋਕਸ ਦੀ ਲੜਾਈ ਹੋਏਗੀ, ਮੇਜਰ ਪਾਰਟੀਆਂ ਦੇ ਨਾਲ ਤੁਸੀਂ ਸਹਾਇਕ ਹੋਵੋਗੇ ਜਿਹੜੇ ਬਾਕੀ ਦੇ ਜੀ, ਉਸ ਤਰ੍ਹਾਂ ਚੱਲੋਗੇ। ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਕਲਮ ਕੀਤਾ ਜਾ ਰਿਹਾ ਕਿ ਠੀਕ ਹੈ ਜੀ 2 ਹੋਣ ਤੇ ਉਸੇ ਢੰਗ ਦੇ ਨਾਲ ਇੱਧਰ ਨੂੰ ਚੱਲਿਆ ਜਾਏਗਾ, ਹੌਲੀ ਹੌਲੀ ਇਹ ਸਟੈਪ ਉੱਧਰ ਚਲਾ ਜਾਊਗਾ ਕਿ ਇੰਡੀਪੈਂਡੈਂਟ ਹੈਸੀਅਤ ਵਾਲੀਆਂ ਪਾਰਟੀਆਂ ਦਾ ਵਜੂਦ ਜਾਂ ਕਮਜ਼ੋਰ ਹੋ ਜਾਏਗਾ ਵੀ ਇਸ ਵਕਤ ਬਹੁਤ ਜ਼ਿਆਦਾ, ਜਾਂ ਉਹਨਾਂ ਦੇ ਮੁਕਾਬਲੇ ਖੜਨ ਦੀ ਹੈਸੀਅਤ ਨਹੀਂ ਰਹੂਗੀ ਜਿਹੜੀਆਂ ਇੰਡੀਪੈਂਡੈਂਟ ਖੜਨਗੀਆਂ ਜਾਂ ਖੜਦੀਆਂ। ਮੈਨੂੰ ਜੇ ਥੋੜਾ ਜਿਹਾ ਜੇ ਮੇਰੀ ਜਾਣਕਾਰੀ 'ਚ ਵਾਧਾ ਕਰੋ, ਜਿਹੜਾ ਮੈਂ ਇਹ ਦੇਖ ਰਿਹਾ ਕੈਬਨਿਟ ਦੇ ਵਿੱਚ ਆਇਆ ਪ੍ਰਸਤਾਵ
ਇਹ ਪ੍ਰਸਤਾਵ ਤਾਂ ਰਾਸ਼ਟਰਪਤੀ ਨੂੰ ਭੇਜਿਆ ਸੀਗਾ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਵਾਲੀ ਕਮੇਟੀ ਨੇ, ਕੋਈ 18,626 ਪੰਨਿਆਂ ਦੀ ਇਹ ਰਿਪੋਰਟ ਸਬਮਿਟ ਕੀਤੀ ਸੀਗੀ, ਔਰ ਇਹਦੇ ਵਿੱਚ ਇਹ ਬਿੱਲ ਲਿਆਂਦਾ ਜਾਊਗਾ। ਇਹ ਹੁਣ ਜਿਹੜਾ ਇਹਨਾਂ ਨੇ ਕਿਹਾ ਕਿ ਰਿਪੋਰਟ ਬਿੱਲ ਸਰਦ ਰੁੱਤ ਸੈਸ਼ਨ 'ਚ ਪੇਸ਼ ਕੀਤਾ ਜਾਊਗਾ। ਸਰਦ ਰੁੱਤ ਇਹਦਾ ਮਤਲਬ ਇਸੇ 'ਚ ਹੀ ਲਿਆ ਰਹੇ ਆ ਜੀ, ਇਹਨੂੰ ਬਿੱਲ ਰੂਪ 'ਚ ਲਿਆ ਰਹੇ ਆ। ਇੱਕ ਤਾਂ ਇਹ ਕਿ ਬਿੱਲ ਰੂਪ 'ਚ ਆਊਗਾ ਤੇ ਹੁਣ ਉੱਥੇ ਜਿਹੜੀ ਪਾਰਲੀਮੈਂਟ ਦੇ ਵਿੱਚ ਪੁਜੀਸ਼ਨ ਆ, ਖੜ ਗਏ ਨੇ ਤਾਂ ਕਹਿਤਾ ਵਿਹਾਰਕ ਨਹੀਂ ਹੈ। ਦੂਜੇ ਬੰਨੇ ਇਹ ਕਿਹਾ ਗਿਆ, ਇਹ ਪੈਨਲ ਜਿਹੜਾ ਜਿਹਨੇ ਸਿਫਾਰਿਸ਼ਾਂ ਦਿੱਤੀਆਂ ਨੇ, ਉਹਨਾਂ ਨੇ ਕਿਹਾ ਕਿ ਸਾਰੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ 2029 ਤੱਕ ਵਧਾਉਣ ਦਾ ਸੁਝਾਅ ਵਿੱਚ ਦਿੱਤਾ ਹੈ। ਮਤਲਬ ਇਹ ਜਿੰਨੀਆਂ ਵੀ ਹੁਣ 26, 27, 28 ਇਹਨਾਂ ਨੂੰ ਜੇ ਸਰਦ ਰੁੱਤ ਵਿੱਚ ਪਾਸ ਹੁੰਦਾ ਹੈ ਮੰਨ ਲਓ, ਹਾਲਾਂਕਿ ਇਹਦੇ ਵਿੱਚ ਜਿਹੜੇ ਅੰਕੜੇ ਆ ਰਹੇ ਸੀ, ਜੇ ਮੈਂ ਤੁਹਾਨੂੰ ਇੱਕ ਵਾਰੀ ਉਹ ਵੀ ਦੱਸ ਦਿਆਂ, ਅੰਕੜਿਆਂ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ 62 ਦਲਾਂ ਚੋਂ 32 ਇਹਦੇ ਪੱਖ 'ਚ ਸੀਗੇ, 15 ਵਿਰੋਧ 'ਚ ਸੀਗੇ ਦੇਸ਼ ਦੇ ਜਿਹੜੇ ਦਲ ਸੀਗੇ, ਤੇ 14 ਨੇ ਕੋਈ ਰਾਏ ਨਹੀਂ ਦਿੱਤੀ। ਸੋ ਪਾਰਲੀਮੈਂਟ ਦੇ ਵਿੱਚ ਇਹ ਸ਼ਕਤੀ ਪ੍ਰਦਰਸ਼ਨ ਵੀ ਹੋਊਗਾ। ਹੁਣ ਇਹਨਾਂ ਕੋਲ ਰਾਜ ਸਭਾ ਦੇ ਵਿੱਚ ਕੁਝ ਅੰਕੜਾ ਵਧਿਆ ਵੀ ਆ, ਲੇਕਿਨ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਸੰਕਟ ਵੀ ਹੈਗਾ, ਕਿਉਂਕਿ ਹੁਣ ਵਿਰੋਧੀ ਧਿਰ ਤਗੜੀ ਹੋ ਗਈ ਆ। ਸੋ ਜਿਹੜੀਆਂ ਇਹ ਸਾਰੇ ਸਮੁੱਚਤਾ 'ਚ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ? ਨਹੀਂ, ਇਹ ਕੇਵਲ ਪਾਰਲੀਮੈਂਟ ਦਾ ਸਵਾਲ ਹੀ ਨਹੀਂ, ਇੰਡੀਆ ਦੇ 140 ਕਰੋੜ ਲੋਕਾਂ ਦਾ ਸਵਾਲ ਹੈ, ਜਿਹੜੇ ਪਾਰਲੀਮੈਂਟ 'ਚ ਨਹੀਂ ਵੀ ਮੈਜੋਰਟੀ ਨਾਲ ਬਿੱਲ ਪਾਸ ਕਰਤੇ ਕਿਸਾਨੀ ਕੀ ਹੋਇਆ ਜੀ? ਇਕੱਲੇ ਪੋਲੀਟੀਸ਼ੀਅਨ ਨੇ ਡਿਸੀਜਨ ਥੋੜ੍ਹੀ ਲੈ ਲੈਣਾ ਇਹ ਦੇਸ਼ ਦੀ ਕਿਸਮਤ ਦਾ ਕਿ ਤੁਹਾਡੇ ਕੋਲ ਅੱਜ ਮੈਜੋਰਟੀ ਅੱਜ ਕਰਤੀ ਜੀ। ਇਹਦਾ ਇੰਪੈਕਟ ਪੈਣਾ ਗਰਾਸ ਰੂਟ ਲੈਵਲ 'ਤੇ, ਇਕੱਲੇ ਇਕੱਲੇ ਵਿਅਕਤੀ ਦੀ ਜ਼ਿੰਦਗੀ 'ਤੇ, ਮਨੋਰਟੀ 'ਤੇ, ਟ੍ਰਾਈਬਲ 'ਤੇ, ਦਲਿਤ 'ਤੇ, ਡਿਫਰੈਂਟ ਟਾਈਪ ਦੇ ਲੋਕਾਂ 'ਤੇ ਪੈਣਾ, ਔਰ ਸਮਾਲ ਸਕੇਲ ਜਿਹੜੀਆਂ ਰੀਜਨਲ ਗਰੁੱਪ ਨੇ, ਪਾਰਟੀਆਂ ਨੇ, ਉਹ ਸਭ 'ਤੇ ਅਸਰ ਪੈਣਾ। ਧੱਕੇ ਨਾਲ ਐਂ ਨਹੀਂ ਚੱਲਦਾ, ਇੱਕ ਵਾਰ ਪਾਸ ਵੀ ਕਰਤਾ ਉਹ ਕਾਨੂੰਨ ਕਿੰਨੇ ਕੁ ਕਿਸ ਰੂਪ 'ਚ ਲਾਗੂ ਹੁੰਦੇ ਨੇ, ਔਰ ਇਹਦੇ 'ਚ ਜਦੋਂ ਜਹਿਦਾ ਹੋਣਗੀਆਂ ਔਰ ਲੋਕ ਆਪਣੇ ਢੰਗ ਨਾਲ ਉਹਨੂੰ ਲੈਣਗੇ ਜਿਸ ਵੀ ਤਰੀਕੇ ਨਾਲ, ਔਰ ਉਹ ਕਹਿੰਦੇ ਅਸੀਂ 39 ਪਾਰਟੀਆਂ 30 ਉਹ ਕੀਤੀਆਂ ਜੀ, ਸੰਪਰਕ ਕੀਤਾ ਸੀਗਾ ਜਦੋਂ ਕਮੇਟੀ ਨੇ, ਕਮੇਟੀ ਇਹ ਕਹਿ ਰਹੀ ਹੈ 39 ਪਾਰਟੀਆਂ ਨਾਲ ਕੀਤਾ। ਸਭ ਤੋਂ ਬੜਾ ਸਵਾਲ ਇਹਦੇ 'ਚ ਇਹੀ ਹੈ ਕਿ ਠੀਕ ਹੈ ਜੀ, ਜਿਹੜੇ ਤੁਹਾਡੇ ਨਾਲ ਨੇ ਤੁਹਾਡੇ ਨਾਲ ਹੋ ਗਏ, ਜਿਹੜੇ ਉੱਧਰ ਨੇ ਉੱਧਰ ਹੋ ਗਏ, ਕਈਆਂ ਨੇ ਰਾਏ ਨਹੀਂ ਦਿੱਤੀ, ਉਹ ਇੱਕ ਅਲੱਗ ਪਹਿਲੂ ਨੇ। 29 'ਚ ਜੇਕਰ ਅਸੈਂਬਲੀਆਂ ਦਾ ਟੈਨਿਓਰ ਵਧਾਉਣਾ ਹੈ, ਇੱਕ ਤਾਂ ਗੱਲ ਹੈ ਕਿ ਤੁਸੀਂ ਕਰ ਸਕਦੇ ਹੋ ਇੱਕ ਦੇਸ਼ ਇੱਕ ਇਲੈਕਸ਼ਨ, ਇਹਦੇ 'ਚ ਪਾਰਲੀਮੈਂਟ ਆਪਦੀ ਮੈਜੋਰਟੀ ਨਾਲ ਕਰ ਸਕਦੀ ਹੈ, ਇਹਦੇ 'ਚ ਰਾਜਾਂ ਦੀ ਲੋੜ ਨਹੀਂ। ਪਰ ਜਦੋਂ ਰਾਜਾਂ ਦੀਆਂ ਅਸੈਂਬਲੀਆਂ ਦਾ ਤੇ ਬਾਕੀ ਦਾ ਕਰਨਾ, ਜਿਹੜਾ ਉਹ ਅਮੈਂਡਮੈਂਟ ਹੋਏਗੀ ਉਹ ਅੱਧੇ ਰਾਜਾਂ ਦੀ ਅਮੈਂਡਮੈਂਟ ਤੋਂ ਬਿਨਾਂ ਨਹੀਂ ਸੰਭਵ ਹੈ ਹੋਏਗੀ ਨਾਲ। ਬਹੁਤ ਸਾਰੇ ਸੰਵਿਧਾਨ ਦੇ ਵਿੱਚ ਸੋਧਾਂ ਦੇ ਆਪਣੇ ਆਪਣੇ ਲੈਵਲ ਨੇ, ਇੱਕ ਸਿੰਪਲ ਮੈਜੋਰਟੀ ਨਾਲ ਪਾਰਲੀਮੈਂਟ ਪਾਸ ਕਰ ਦਿੰਦੀ ਹੈ ਠੀਕ ਹੈ, ਇੱਕ 2/3 ਮੈਜੋਰਟੀ ਨਾਲ ਪਾਰਲੀਮੈਂਟ ਪਾਸ ਕਰਦੀ ਹੈ ਤਾਂ ਹੈ, ਇੱਕ 2/3 ਮੈਜੋਰਟੀ ਪਲੱਸ 50% ਸਟੇਟਾਂ ਦੇ ਨਾਲ ਪਾਸ ਕਰਦੀ ਹੈ ਤਾਂ ਹੈ। ਇਸ ਲਈ ਬਹੁਤ ਸੌਖੇ ਵਾਲਾ ਕੰਮ ਤਾਂ ਨਹੀਂ ਹੈ ਜਿਵੇਂ ਦਿਖਾਇਆ ਜਾ ਰਿਹਾ, ਜਿਵੇਂ ਲੱਗ ਰਿਹਾ ਕੰਮ, ਇਹ ਅਜੇ ਅੱਗੇ ਵਧਣਾ, ਇੱਥੇ ਡਿਬੇਟ ਹੋਣੀ ਹੈ, ਮਤਲਬ ਲੀਗਲ ਮਾਇੰਡ ਸਾਰੇ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ, ਉਹ ਸਾਰੀਆਂ ਚੀਜ਼ਾਂ ਅੱਗੇ ਵਧਣਗੀਆਂ, ਡਿਬੇਟ ਦੇ ਵਿੱਚ ਆਉਣਗੀਆਂ ਜਦੋਂ ਉਦੋਂ ਪਤਾ ਲੱਗੇਗਾ ਬਾਕੀ ਦੇ ਮਾਮਲੇ ਦੇ ਵਿੱਚ। ਔਰ ਇਹ ਸਾਰੇ ਮਾਮਲੇ ਦੇ ਵਿੱਚ ਪਰ ਭਾਰਤ ਦਾ ਜਿਹੜਾ ਮਿਜਾਜ ਹੈ ਉਹ ਇੱਧਰ ਨੂੰ ਨਹੀਂ ਹੈ, ਔਰ ਜਿਹੜਾ ਗੱਲ ਇੰਡੀਆ ਅਲਾਇੰਸ ਦਾ ਹੁਣ ਜਿਹੜਾ ਕਰ ਰਿਹਾ ਹੈ ਸੋਸ਼ਲ ਜਸਟਿਸ ਦੀ ਅਤੇ ਬਾਕੀ ਲੈ ਕੇ, ਉਹ ਕਾਟ ਕਰ ਰਿਹਾ ਮਜੋਰਟੇਰੀਅਨ ਸੋਚ ਨੂੰ, ਔਰ ਉਹ ਕਾਟ ਕਰਨ ਦੇ ਲਈ ਜਿਹੜਾ ਇੱਕ ਸੈਂਟੀਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਇੱਕ ਬਣੂਗਾ, ਕਾਂਗਰਸ ਦੀ ਹਮਾਇਤ ਨਹੀਂ ਕਰ ਸਕੇਗੀ, ਪੱਛਮੀ ਬੰਗਾਲ ਦੀ ਹਮਾਇਤ ਨਹੀਂ ਕਰ ਰਿਹਾ ਸਰਕਾਰ ਹੈ, ਤਾਮਿਲਨਾਡੂ ਦੀ ਹਮਾਇਤ ਨਹੀਂ ਕਰ ਰਿਹਾ, ਸਾਊਦੀਆਂ ਨਹੀਂ ਕਰ ਰਹੀਆਂ। ਔਰ ਇੱਕੋ ਇੱਕ ਅਜੀਬ ਗੱਲ ਹੈ, ਸ਼੍ਰੋਮਣੀ ਅਕਾਲੀ ਦਲ 29ਵੇਂ ਨੰਬਰ 'ਤੇ ਹੈ ਉਸ ਦੇ ਲਿਸਟ ਦੇ ਵਿੱਚ, ਇਹਨੇ ਫੇਵਰ ਕੀਤਾ ਹੈ, ਇਹ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ, ਚੰਗਾ ਹੈ। ਇਹ ਸੈਂਟਰਲਿਸਟ ਪਾਰਟੀ ਜ਼ਰੂਰ ਹੋ ਗਈ ਹੈ ਰੀਜਨਲ ਗਰੁੱਪਾਂ ਦੇ ਵਿੱਚੋਂ, ਰੀਜਨਲ ਪਾਰਟੀਆਂ ਦੇ ਵਿੱਚੋਂ, ਬਾਕੀ ਨੌਰਥ ਈਸਟ ਦੇ ਰੀਜਨਲ ਗਰੁੱਪ ਨੇ ਉਹਨਾਂ ਨੇ ਨਹੀਂ ਰਾਏ ਦਿੱਤੀ, ਨਹੀਂ ਦਿੱਤੀ ਕਾਫੀ ਨੇ,
13-14 ਨੇ ਨਹੀਂ ਦਿੱਤੀ, ਅਗਲੇ ਨੂੰ ਨਹੀਂ ਸਮਝ ਆਇਆ, ਜੋ ਵੀ ਮਰਜ਼ੀ ਕਿਸੇ ਨਾਲ, ਪਰ ਬਹੁਤ ਬੜਾ ਫੰਡ ਹੈ ਪੰਜਾਬ ਦੀ ਸਿਆਸਤ ਦੇ ਵਿੱਚ, ਇੱਥੇ ਬਹੁਤ ਵੱਡੀ ਡਿਬੇਟ ਹੋਣ ਦੀ ਲੋੜ ਹੈ ਪੰਜਾਬ ਦੇ ਸੈਟਅਪ ਦੇ ਵਿੱਚ। ਜਿਹੜੀਆਂ ਪਾਰਟੀਆਂ ਲੜਦੀਆਂ ਰਹੀਆਂ ਆਪਣੀ ਵੱਖ ਪਹਿਚਾਣ ਲਈ ਫੈਡਰਲ ਸਟਰਕਚਰ ਦੇ ਲਈ ਡਿਫਰੈਂਟ ਮਾਮਲਿਆਂ ਦੇ ਵਿੱਚ, ਇਹਦਾ ਮਤਲਬ ਉਹ ਕੰਪੇਨ ਕਿਹੋ ਜਿਹੀਆਂ ਹੋਣਗੀਆਂ, ਉਹ ਕੰਪੇਨ ਹੋਣਗੀਆਂ ਕਿ ਦੋ ਵੱਡੇ ਲੀਡਰਾਂ ਦੀ ਲੜਾਈ ਹੋਇਆ ਕਰੇਗੀ ਕੰਪੇਨ ਦੇ ਰੂਪ ਦੇ ਵਿੱਚ, ਬਾਕੀ ਉਹਨਾਂ ਦੀ ਛਤਰਛਾਇਆ ਹੇਠ ਚੋਣਾਂ ਲੜਨਗੇ। ਜਿਹੜੀ ਡਬਲ ਇੰਜਣ ਦੀ ਸਰਕਾਰ ਦਾ ਸਲੋਗਨ ਹੈ, ਡਬਲ ਇੰਜਣ ਦੀ ਸਰਕਾਰ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ, ਪ੍ਰੈਕਟੀਕਲੀ ਲੀਗਲਾਈਜ਼ ਕੀਤਾ ਜਾ ਰਿਹਾ, ਉਸੇ ਸੈਟਅਪ ਦੇ ਵਿੱਚ ਜਾ ਕੇ ਫੈਡਰਲ ਸਟਰਕਚਰ ਨੂੰ ਸੱਟ ਮਾਰੀ ਜਾ ਰਹੀ ਹੈ। ਇਹ ਕੀ ਕਿਸੇ ਨੂੰ ਪ੍ਰੋਬਲਮ ਹੈ? ਲੌਜਿਕ ਕੀ ਦਿੱਤੇ ਗਏ ਨੇ ਜਿਹੜੇ ਤਿੰਨ ਦਿੱਤੇ ਨੇ ਕਿ ਕਿਉਂ ਜ਼ਰੂਰੀ ਹੈ ਜੀ? ਉਹ ਲੌਜਿਕ ਦੇਖੋ, ਉਹਨਾਂ 'ਚ ਕੋਈ ਸਬਸਟਾਂਸ ਹੈਗਾ ਕਿ ਨਹੀਂ, ਕੋਈ ਦਲੀਲ ਹੈ ਕਿ ਨਹੀਂ। ਨੰਬਰ 1 ਕਹਿੰਦੇ ਚੋਣਾਂ 'ਤੇ ਖਰਚ ਕਾਫੀ ਹੁੰਦਾ ਕਿ ਇਹ ਖਰਚਾ ਘਟਾਉਣਾ ਜੀ ਇੱਕ ਵਾਰ ਹੋ ਜਾਏਗਾ। ਨੰਬਰ 2 ਉਹ ਕਹਿੰਦੇ ਸਿਕਿਉਰਿਟੀ ਅਰੇਂਜਮੈਂਟ ਬਹੁਤ ਔਖੇ ਨੇ, ਕਦੇ ਉੱਧਰ ਜਾਣਾ ਪੈਂਦਾ, ਕਦੇ ਉੱਧਰ ਜਾਣਾ ਪੈਂਦਾ, ਚੋਣਾਂ ਆਉਂਦੀਆਂ ਨੇ, ਜੇ ਉਹ ਕੋਸਟ ਵੀ ਅਸੀਂ ਜਿਹੜੀ ਇਹਦੇ 'ਤੇ ਘਟਾ ਲਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਨੰਬਰ 3 ਉਹ ਕਹਿੰਦੇ ਜਿਹੜੀਆਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਨੇ, ਵਾਰ ਵਾਰ ਚੋਣਾਂ ਹੋਣ ਕਰਕੇ ਉਹ ਸਫ਼ਰ ਕਰਦੀਆਂ ਨੇ, ਰਸਤੇ 'ਚ ਰੁਕਾਵਟ ਆ ਜਾਂਦੀ ਹੈ, ਇੱਕ ਸਰਕਾਰ ਕਰੂ ਤਾਂ 5 ਸਾਲ ਚੱਲਦੀ ਰਹੂ। ਮੈਨੂੰ ਇਹ ਬਿਲਕੁਲ ਉਲਟ ਲੱਗਦੇ ਨੇ ਸਲੋਗਨ ਸਗੋਂ, ਜਿੱਥੇ ਨਾ 22 ਇਲੈਕਸ਼ਨ ਵੀ ਹੋ ਜਾਂਦੀ ਹੈ, ਸਟੇਟ ਤਾਂ ਛੱਡੋ, ਲੋਕ ਉਹ ਕਹਿੰਦੇ ਨੇ ਸਾਡੇ ਹੋ ਜੇ ਜੀ ਮਾੜੀ ਮੋਟੀ ਸਕੀਮ ਕੋਈ ਲਾਗੂ ਹੋ ਜੂਗੀ, ਕੋਈ ਫਾਇਦਾ ਹੋ ਜੂਗਾ, 4 ਦਿਨ ਸਾਡੇ 22 ਇਲੈਕਸ਼ਨ ਦਾ ਲੋਕ ਮੰਗਦੇ ਨੇ ਵੀ ਸਾਡੇ ਕਿਤੇ ਨਾ ਕਿਤੇ ਕੋਈ ਬੰਦਾ ਇੱਧਰ ਉੱਧਰ ਚਲਾ ਜਾਏ। ਸਰਕਾਰਾਂ ਜਿਹੜੇ ਢੰਗ ਨਾਲ ਕੰਮ ਕਰਦੀਆਂ ਨੇ, ਜਿਹੜੀ ਪ੍ਰੈਕਟਿਸ ਹੈ ਪਿਛਲੇ 70 ਸਾਲਾਂ ਦੀ, ਉਹ ਤਾਂ ਇਹ ਦੱਸਦੀ ਹੈ ਲੋਕ ਤਾਂ ਵਾਰ ਵਾਰ ਸਰਕਾਰ ਟੁੱਟੀ ਭਾਲਦੇ ਨੇ ਕਿ ਛੇਤੀ ਟੁੱਟੇ, ਘੱਟੋ ਘੱਟ ਕੁਛ ਤਾਂ ਕਰਨਗੇ। ਉਹ ਕਹਿੰਦੇ ਨੇ 4 ਸਾਲ ਸਰਕਾਰ 5 ਸਾਲ ਲਈ ਚੁਣੀ ਜਾਂਦੀ ਹੈ, ਲਾਸਟ ਸਾਲ ਕੰਮ ਕਰਦੀ ਹੈ, 4 ਸਾਲ ਤਾਂ ਕੰਮ ਹੀ ਨਹੀਂ ਕਰਦੀ। ਸਾਰੀਆਂ ਸਰਕਾਰਾਂ ਦੇ ਸਾਹਮਣੇ, ਤੁਹਾਡੇ ਸਾਹਮਣੇ ਏਜੰਡਾ ਇਹ, ਜੇ ਜਨਤਕ ਲੈਵਲ 'ਤੇ ਆਪਾਂ ਦੇਖ ਲਈਏ ਲੋਕਾਂ ਦਾ ਰੌਂਗ ਕੀ ਹੈ ਗਰਾਊਂਡ 'ਤੇ ਜਾ ਕੇ, ਲੋਕ ਇਹ ਕਹਿੰਦੇ ਨੇ ਚੰਗਾ ਟੁੱਟਦੀਆਂ ਨੇ, ਬਾਕੀ ਹੈ। ਦੂਜੀ ਗੱਲ ਕੀ ਇਕੱਲੇ ਪੈਸੇ ਦਾ ਖੇਡ ਹੈ ਇੰਨਾ ਕਿ ਇਹਦੇ ਨਾਲ ਇਕੱਲਾ ਪੈਸਾ ਬਚੂਗਾ? ਇਲੈਕਸ਼ਨ 'ਤੇ ਪੈਸਾ ਖਰਚ ਕਦੋਂ ਹੁੰਦਾ? ਪੈਸਾ ਖਰਚ ਉਹਦੇ 'ਤੇ ਹੁੰਦਾ ਜਿਹੜਾ ਤੁਸੀਂ ਕਰੋੜਾਂ ਰੁਪਏ ਅਰਬਾਂ ਰੁਪਏ ਖਰਚ ਕਰਦੇ ਹੋ ਉਸ ਇਲੈਕਸ਼ਨ ਦੇ ਉੱਤੇ। ਬਹੁਤ ਲੋਕ ਇਹਨੂੰ ਵੀ ਪਾਜ਼ਿਟਿਵ ਮੰਨਦੇ ਨੇ, ਪਾਜ਼ਿਟਿਵ ਇਹ ਮੰਨਦੇ ਨੇ ਕਿ ਜਿੰਨੀ ਬਲੈਕ ਮਨੀ ਬਾਈਕ 'ਚ ਆ ਜਾਂਦੀ ਹੈ, ਚੀਜ਼ਾਂ ਖਰੀਦੀਆਂ ਜਾਂਦੀਆਂ ਨੇ, ਘੱਟੋ ਘੱਟ ਇੰਡੀਅਨ ਮਾਰਕੀਟ ਚੱਲਦੀ ਹੈ ਉਹਦੇ ਨਾਲ, ਤੁਸੀਂ ਉਹ ਵੀ ਬੰਦ ਕਰ ਦੋਗੇ ਜਿਹੜਾ ਬਲੈਕ ਮਨੀ ਜਿਹੜੀ ਪੈਰਲਰ ਤੁਹਾਡੇ ਖੜ੍ਹਦੀ ਹੈ। ਚੋਣਾਂ 'ਚ ਵਾਈਟ ਮਨੀ ਤਾਂ ਇਕੱਲੀ ਲੱਗਦੀ ਨਹੀਂ, 10-10 ਕਰੋੜ ਥੋੜ੍ਹੀ ਕੋਈ ਦੇ ਦਿੰਦਾ, ਮੈਂ 10 ਕਰੋੜ ਖਰਚਿਆ, ਕਿੱਥੇ ਖਰਚਿਆ, ਕਿੱਥੇ ਨਹੀਂ ਖਰਚਿਆ, ਉਹ ਆਉਂਦਾ ਨਾ, ਉਹ ਥੱਬੇ ਕਿੱਧਰੋਂ ਆਉਂਦੇ ਨੇ ਨੋਟਾਂ ਦੇ। ਤੇ ਜੇ ਮਾਰਕੀਟ ਐਂਗਲ ਤੋਂ ਵੀ ਸੋਚੋ ਤੇ ਬਾਕੀ ਐਂਗਲ ਤੋਂ ਵੀ ਸੋਚੋ ਤੇ ਉਹਨੂੰ ਵੀ ਲੋਕ ਜਿਹੜੇ ਨੇ ਨਾ ਉਹ ਫਰੂਟਫੁੱਲ ਬਣਦੇ ਨੇ ਵੀ ਠੀਕ ਹੈ ਜੀ, ਉਸ ਪਾਸੇ ਚੱਲਦਾ, ਤੁਸੀਂ ਰੋਕਣਾ ਤਾਂ ਹੈ ਨਹੀਂ, ਐਵੇਂ ਵੈਸੇ ਹੀ ਬਣੀ ਹੋਈ ਚੀਜ਼ ਹੈ। ਤੁਸੀਂ ਆਪ ਉਹਨੂੰ ਕਲੋਜ਼ ਕੀਤਾ ਸੀ ਗੱਲ ਇਲੈਕਟੋਰਲ ਬੌਂਡ ਦੇ ਕਰਕੇ, ਉਹ ਤਾਂ ਸੁਪਰੀਮ ਕੋਰਟ 'ਚ ਚਲਾ ਗਿਆ, ਉਹਦੇ ਕਰਕੇ ਸੁਪਰੀਮ ਕੋਰਟ ਨੇ ਕਿਹਾ ਕਿ ਟ੍ਰਾਂਸਪੇਰੈਂਟ ਕਰੋ, ਕਿਤੋਂ ਕਿਹੜਾ ਕਾਰਪੋਰੇਟ ਦੇ ਰਿਹਾ, ਕਿੱਥੇ ਦੇ ਰਿਹਾ, ਕਿੰਨੇ ਦੇ ਰਿਹਾ, ਇਹਦੇ ਤੋਂ ਪਤਾ ਤਾਂ ਲੱਗੇ ਤੁਸੀਂ ਕਰ ਕੀ ਰਹੇ ਹੋ ਤੇ ਕਿੱਧਰ ਜਾ ਰਿਹਾ, ਕਿੱਧਰ ਨਹੀਂ ਜਾ ਰਿਹਾ। ਇਸ ਲਈ ਇਹ ਬਹੁਤ ਖੁੱਲ੍ਹ ਕੇ ਡਿਬੇਟ ਹੋਣੀ ਚਾਹੀਦੀ ਹੈ, ਇਹ ਮੁੱਦੇ ਕੋਈ ਐਡੇ ਛੋਟੇ ਨਹੀਂ ਹੈ, ਐਡੇ ਸੌਖੇ ਨਹੀਂ ਹੈ ਕਿ ਇਹਦੇ ਨਾਲ ਐਵੇਂ ਚੱਲ ਜਾਓ। ਇੱਕ ਅਗਲੀ ਗੱਲ, ਰਾਜਾਂ ਦੇ ਇੰਡੀਪੈਂਡੈਂਟ ਲੈਵਲ ਦੇ ਜੇਕਰ ਚੋਣਾਂ ਹੁੰਦੀਆਂ ਨੇ, ਆਪਣੇ ਅਸੈਂਬਲੀ 'ਚ ਹੋ ਜਾਂਦੀਆਂ ਨੇ, ਇਲੈਕਸ਼ਨ ਕਮਿਸ਼ਨ ਬੈਠਾ, ਕਦੇ ਕਦੇ ਸਟੇਟਾਂ ਦੇ ਵਿੱਚ ਧਿਆਨ ਜ਼ਿਆਦਾ ਦੇ ਸਕਦਾ ਕੰਪੈਰੇਟਿਵ, ਔਰ ਇਹ ਕਿੰਨਾ ਚਿਰ ਚੱਲੂਗੀ, ਇਹਨਾਂ ਨੇ ਸੋਚਿਆ ਹੋਇਆ ਕਿ ਇਲੈਕਸ਼ਨ ਕਿੰਨਾ ਚਿਰ 'ਚ ਹੋ ਜਾਊਗੀ ਪੂਰੇ ਦੇਸ਼ ਦੀ? ਜੇ ਪੂਰੇ ਰਾਜਾਂ 'ਚ ਇਲੈਕਸ਼ਨ ਕਰਾਉਣੀ ਪਏਗੀ, ਹਾਲਾਂਕਿ ਇਹਦੇ 'ਚ ਤਾਂ ਇਹ ਵੀ ਦਿੱਤਾ ਹੋਇਆ ਕਿ ਲੋਕਲ ਬਾਡੀ ਦੀ ਇਲੈਕਸ਼ਨ ਵੀ 100 ਦਿਨ ਬਾਅਦ ਜੋੜ ਦਿਓ ਵਿੱਚ, ਮਤਲਬ 3 ਮਹੀਨੇ ਵਿੱਚ ਟੱਪ ਕੇ ਨਾਲ ਹੀ ਜੋੜ ਦਿਓ, ਉਹਨੂੰ ਵੀ ਕੰਟੀਨਿਊਟੀ ਦੇ ਵਿੱਚ ਲੈ ਲਓ। ਮੈਨੂੰ ਤਾਂ ਇਹ ਲੱਗਦਾ ਕਿ ਜਿਹੜਾ ਸਾਡੇ ਕੋਲ ਹੁਣ ਪੈਰਾਫਰਨੇਲੀਆ ਜਿੰਨਾ ਵੀ, ਇਹ ਸਾਲ ਤੇ 1.5 ਸਾਲ ਘੱਟੋ ਘੱਟ ਇਲੈਕਸ਼ਨ ਚੱਲਦੀ ਰਹੂਗੀ, ਇਦੋਂ ਬਿਨਾਂ ਹੋਣੀ ਨਹੀਂ ਇਹ ਇਲੈਕਸ਼ਨ ਪ੍ਰੈਕਟੀਕਲੀ ਜਿਹੜਾ ਹੁਣ ਸੈਟਅਪ ਹੈ ਸਾਡੇ
ਜਿੰਨੇ ਵਾਰ 'ਚ ਅਸੀਂ ਇਲੈਕਸ਼ਨ ਕਰਾਉਂਦੇ ਹਾਂ ਵੱਖ ਵੱਖ ਸਟੇਟਾਂ ਦੇ ਵਿੱਚ, ਵੱਖ ਵੱਖ ਸਾਰੇ ਮਾਮਲਿਆਂ ਦੇ ਵਿੱਚ, ਮੁੱਦੀ ਸਿਕਿਉਰਿਟੀ ਅਰੇਂਜਮੈਂਟ ਕਿੱਥੋਂ ਕਰਾਂਗੇ? ਤੁਸੀਂ ਕਹਿੰਦੇ ਸਿਕਿਉਰਿਟੀ ਦਾ ਖਰਚਾ ਘਟਾਉਣਾ, ਸਿਕਿਉਰਿਟੀ ਉਹੀ ਫੌਜੀ ਜਾਂਦੇ ਨੇ, ਉਹੀ ਪੈਰਾਮਿਲਟਰੀ ਫੋਰਸ, ਉਹੀ ਪੁਲਿਸ ਹੈ, ਇੱਕੋ ਵਾਰ 'ਚੋਂ ਕਿਵੇਂ ਅਰੇਂਜਮੈਂਟ ਕਰ ਦੂਗੀ ਸਾਰੇ ਜਿਹੜੇ ਤੁਸੀਂ ਵੱਖ ਵੱਖ ਸਟੇਟਾਂ ਦੀ ਉੱਥੇ ਭੇਜਦੇ ਹੋ ਜਾ ਕੇ? ਇਹ ਸਮਝ ਨਹੀਂ ਆਇਆ ਮੈਨੂੰ ਫਾਰਮੂਲਾ ਕਿ ਕਿਹੜੇ ਢੰਗ ਨਾਲ ਹੋਇਆ। ਪਰ ਤੁਸੀਂ ਕਈ ਵਾਰ ਨਾ ਹੈਡਲਾਈਨ ਮੂਹਰੇ ਲਿਖ ਦਿੰਦੇ ਹੋ ਆਪਾਂ ਇਹ ਕਰਾਉਣੀ ਹੈ, ਇਹਦਾ ਫਾਇਦਾ ਹੁੰਦਾ ਨੁਕਸਾਨ ਹੁੰਦਾ ਬਾਅਦ 'ਚ ਦੇਖੀ ਜਾਊਗੀ। ਜੰਮੂ ਕਸ਼ਮੀਰ ਦੀਆਂ ਚੋਣਾਂ ਹੋ ਰਹੀਆਂ ਨੇ, 10 ਸਾਲ ਬਾਅਦ ਹੋ ਰਹੀਆਂ ਨੇ, ਅੱਜ ਪਹਿਲਾਂ ਟੈਨਓਵਰ ਸੀ, ਔਰ ਲੋਕਾਂ ਨੂੰ ਪੁੱਛ ਕੇ ਜਦੋਂ ਪਤਾ ਲੱਗੂਗਾ ਕਿ ਉਹ ਫਾਇਦਾ ਹੋ ਰਿਹਾ ਨੁਕਸਾਨ ਹੋ ਰਿਹਾ, ਬਹੁਤ ਲੋਕਾਂ ਨੂੰ ਪਤਾ ਲੋਕਾਂ ਦੀ ਰਾਏ ਵਿਚਾਰਿਆਂ ਦੀ ਹੁਣ ਆਊਗੀ ਪਹਿਲੀ ਵਾਰ ਜੰਮੂ ਕਸ਼ਮੀਰ ਦੀਆਂ ਦੀ, ਉਹ ਅਲੱਗ ਗੱਲ ਹੈ ਡਿਊਟੀ 'ਚ ਤਬਦੀਲ ਕਰਕੇ। ਔਰ ਜਿਹੜਾ ਲੇਹ ਅਤੇ ਲਦਾਖ, ਲੇਹ ਪਹਿਲਾਂ ਜੰਮੂ ਕਸ਼ਮੀਰ ਤੋਂ ਅਲੱਗ ਹੋਣਾ ਚਾਹੁੰਦਾ ਸੀ, ਉਸੇ ਸੋਨਮ ਵਾਂਗਚੂ ਨੇ 1 ਮਹੀਨਾ ਪੈਦਲ ਚੱਲ ਰਿਹਾ ਹਿਮਾਚਲ 'ਚ ਆਈ ਹੈ ਜੇ ਯਾਤਰਾ, ਉਹ ਅਲੱਗ ਹੈ, ਮੀਡੀਆ ਨਹੀਂ ਕਵਰ ਕਰਦਾ ਨਾ ਕਿਸੇ ਨੂੰ ਦੇਖਣਾ, 2 ਅਕਤੂਬਰ ਨੂੰ ਦਿੱਲੀ ਤੱਕ ਜਾਣਾ ਹੈ ਕਿ ਸਾਡਾ ਲੇਹ ਦਾ ਤਾਂ ਉਹਦਾ ਭੱਠਾ ਬਿਠਾ ਦਿਓਗੇ ਤੁਸੀਂ, ਕਾਰਗਿਲ ਤੇ ਲੇਹ ਜਿਹਦੀ ਬਿਲਕੁਲ ਨਹੀਂ ਕਦੇ ਬਣੀ ਤੇ ਇਕੱਠੇ ਹੋ ਕੇ ਲੜਾਈ ਲੜਨ ਆ ਰਹੇ ਨੇ ਗੌਰਮੈਂਟ ਆਫ ਇੰਡੀਆ ਨਾਲ, ਇਹ ਤਾਂ ਜੰਮੂ ਕਸ਼ਮੀਰ ਦੀ ਸਾਈਡ ਛੱਡ ਦਿਓ ਜਿਹੜੀ ਪਹਿਲਾਂ ਉਹ ਤੋਂ ਅਲੱਗ ਹੋਣਾ ਚਾਹੁੰਦੀ ਸੀ। ਲੋਕਾਂ ਦਾ ਮਾਇੰਡ ਤਾਂ ਪੜੋ, ਲੋਕਲ ਕੀ ਹੋ ਰਿਹਾ, ਤੁਹਾਡੀ ਪ੍ਰੈਕਟਿਸ ਕਿੱਧਰ ਜਾ ਰਹੀ ਹੈ? ਜੇ ਮਿਲਟਰੀ ਬਲਡੋਜ ਕਰਕੇ, ਮੈਜੋਰਿਟੀ ਬਲਡੋਜ ਕਰਕੇ ਕਰਨਾ ਤਾਂ ਅਲੱਗ ਗੱਲ ਹੈ, ਜੇ ਡੈਮੋਕ੍ਰੇਸੀ ਦੇ ਐਂਗਲ ਤੋਂ ਕਰਨਾ ਤਾਂ ਦੂਸਰੀ ਗੱਲ। ਵੈਸੇ ਸਾਹਮੀਰ ਸਿੰਘ ਹੋਰਾਂ ਦੀ ਗੱਲ ਸਰਦਾਰ ਜਗਤਾਰ ਸਿੰਘ ਦੀ ਠੀਕ ਹੈ ਕੁਝ ਹੱਦ ਤੱਕ, ਕਿ ਸਰਕਾਰ ਕਿੱਦਾਂ ਕਰ ਲਊਗੀ, ਪਰ ਮੈਨੂੰ ਲੱਗਦਾ ਕਿ ਜਿਹੜਾ ਟਰੈਕ ਰਿਕਾਰਡ ਆ ਉਹ ਹੁੰਦਾ ਵੀ ਇਹ ਜ਼ੋਰ ਪੂਰਾ ਮਾਰ ਦਿੰਦੇ ਹੁੰਦੇ ਆ ਕਿ ਇਹਦੇ ਨਤੀਜੇ ਲੈ ਆਈਏ। ਹੁਣ ਜਿਸ ਤਰੀਕੇ ਨਾਲ ਇਹ ਸਿਫਾਰਿਸ਼ਾਂ ਪ੍ਰਵਾਨ ਕੀਤੀਆਂ ਗਈਆਂ, ਉਸ ਤੋਂ ਬਾਅਦ ਇਹ ਸਰਦ ਰੁੱਤ ਵਿੱਚ ਇਹਨੂੰ ਲਿਆਂਦਾ ਜਾ ਰਿਹਾ ਜੀ ਬਿੱਲ ਰੂਪ 'ਚ, ਫਿਰ ਉਸ ਤੋਂ ਬਾਅਦ ਇਹਦੇ 'ਚ ਇਹ ਵੀ ਮੰਨਿਆ ਗਿਆ ਕਿ ਅਸੀਂ ਅਗਲੀਆਂ ਵਿਧਾਨ ਸਭਾਵਾਂ ਜਿਹੜੀਆਂ ਨੇ ਉਹਨਾਂ ਨੂੰ ਸਮਾਂ ਵੱਧ ਦੇ ਦਿਓ ਜੀ। ਮੰਨ ਲਓ 27 'ਚ ਹੋਣ ਵਾਲੀ ਪੰਜਾਬ ਦੀ ਚੋਣ 29 ਤੱਕ ਚੱਲ ਜਾਊਗੀ, ਆਮ ਆਦਮੀ ਪਾਰਟੀ ਤੱਕ ਅੱਛਾ ਵਜਾਊਗੀ ਜੇ ਇਹਨਾਂ ਨੂੰ ਹੀ ਰਾਜ ਕਰਨ ਦਾ ਮੌਕਾ ਹੋਰ ਮਿਲ ਜੇ, ਔਰ ਇਹ ਤਾਂ ਕੋਸ਼ਿਸ਼ ਕਰਨਗੇ ਝੱਟ ਅਸੈਂਬਲੀ 'ਚ ਪਾਸ ਵੀ ਕਰ ਦਈਏ ਜੀ, ਪਤਾ ਨਹੀਂ ਉੱਦਾਂ ਜਿੱਤਿਆ ਜਾਣਾ ਕਿ ਨਹੀਂ। ਜੇ ਮੈਕਸੀਮਮ ਅਸੈਂਬਲੀਆਂ ਦੇ ਵਿੱਚ ਲੋਕ ਇੰਜ ਸੋਚਣ ਲੱਗ ਗਏ, ਕਿਉਂਕਿ ਜੇ ਕਾਂਗਰਸ ਇਹਦੇ 'ਚ ਕਿਤੇ ਜਾ ਕੇ ਸਹਿਮਤ ਹੋ ਗਈ ਅਜੇ ਤੱਕ ਉਹ ਵਿਰੋਧ ਕਰ ਰਹੀ ਹੈ, ਔਰ ਇਹ ਵਿਰੋਧ ਮੈਨੂੰ ਲੱਗਦਾ ਅੱਗੇ ਨਾਲੋਂ ਤਲਖ ਵੀ ਹੋਊਗਾ। ਜੇ ਕੁਝ ਖੇਤਰੀ ਪਾਰਟੀਆਂ ਇਹਨਾਂ ਲਾਲਚਾਂ ਦੇ ਵਿੱਚ ਅੱਗੇ ਵੱਧ ਜਾਂਦੀਆਂ ਨੇ ਔਰ ਉਹ ਜਿੰਨੀ ਕੁ ਲੋੜ ਆ ਜੇ ਕਰਾਉਣ 'ਚ ਕਾਮਯਾਬ ਹੋ ਜਾਂਦੇ ਆ। ਆਪਣੀ ਗੱਲ ਚੱਲ ਰਹੀ ਸੀ ਪਹਿਲਾਂ ਬਈ 140 ਕਰੋੜ ਲੋਕਾਂ ਦੀ ਗੱਲ ਹੈ, ਬਿਲਕੁਲ ਠੀਕ ਹੈਗੀ ਹੈ, ਮਸਲਾ 140 ਕਰੋੜ ਲੋਕਾਂ ਦੇ ਸੋਚਦਾ ਹੈ। ਕੈਬਨਿਟ ਨੇ ਅੱਜ ਫੈਸਲਾ ਲੈ ਲਿਆ, ਅਨਾਊਂਸਮੈਂਟ ਹੋਊਗੀ, ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਵਿੰਟਰ ਸੈਸ਼ਨ ਦੇ ਵਿੱਚ ਇਹ ਬਿੱਲ ਮੂਵ ਕੀਤਾ ਜਾਏਗਾ, ਪਰ ਜ਼ਰੂਰੀ ਨਹੀਂ ਕਿ ਉਸ ਵੇਲੇ ਪਾਸ ਹੋਵੇ। ਉਸ ਤੋਂ ਬਾਅਦ ਜਾਇੰਟ ਪਾਰਲੀਮੈਂਟਰੀ ਕਮੇਟੀ ਵੀ ਬਣ ਸਕਦੀ, ਸਾਰਾ ਕੁਛ ਹੁੰਦਾ, ਟਾਈਮ ਲੱਗਦਾ ਹੁੰਦਾ। ਜੇ ਆਪਾਂ ਲੋਕਾਂ ਦੀ ਗੱਲ ਕਰਦੇ ਹਾਂ ਫਿਰ ਕੱਲ੍ਹ ਤੋਂ ਲੋਕਾਂ ਦਾ ਸੰਘਰਸ਼ ਕਿਉਂ ਨਹੀਂ ਸ਼ੁਰੂ ਹੋ ਸਕਦਾ? ਇਹ ਜ਼ਰੂਰੀ ਤਾਂ ਨਹੀਂ ਕਿ ਜਦੋਂ ਬਿੱਲ ਪਾਸ ਹੋਵੇ ਲੋਕਾਂ ਨੇ ਸੰਘਰਸ਼ ਉਦੋਂ ਹੀ ਕਰਨਾ। ਜਦੋਂ ਆਪਾਂ ਖੇਤੀ ਕਾਨੂੰਨ ਦੀ ਗੱਲ ਕਰਦੇ ਹਾਂ ਉਹ ਸੰਘਰਸ਼ ਪਾਸ ਹੋਣ ਤੋਂ ਬਾਅਦ ਸ਼ੁਰੂ ਹੋਇਆ ਸੀ, ਪਹਿਲਾਂ ਤਾਂ ਬਹੁਤਾ ਪਤਾ ਨਹੀਂ ਸੀ ਲੱਗਿਆ, ਅਤੇ ਹੁਣ ਇਹਨਾਂ ਦੇ ਖਿਲਾਫ ਸੰਘਰਸ਼ ਪਹਿਲਾਂ ਇੱਕ ਵਾਰੀ ਸ਼ੁਰੂ ਕੀਤਾ ਜਾ ਸਕਦਾ। ਇਹ ਧਿਆਨ ਦੇਣ ਵਾਲੀ ਗੱਲ ਹੈਗੀ ਸਾਰੀ ਗੱਲ 'ਤੇ, ਕਿ ਜ਼ਰੂਰੀ ਨਹੀਂ ਕਿ ਜਦੋਂ ਬਿੱਲ ਪਾਸ ਹੋ ਜਾਏ ਉਸ ਤੋਂ ਬਾਅਦ ਸੰਘਰਸ਼ ਸ਼ੁਰੂ ਹੋਣਾ ਹੈ। ਜਦੋਂ ਆਪਾਂ ਲੋਕਾਂ ਦੀ ਇੰਟੈਂਸ਼ਨ ਦੀ ਗੱਲ ਕਰਦੇ ਹਾਂ, ਲੋਕਾਂ ਦੀ ਸੋਚ ਦੀ ਗੱਲ ਕਰਦੇ ਹਾਂ, ਫੈਸਲਾ ਤਾਂ ਹੋ ਗਿਆ, ਹੁਣ ਇਹ ਦੇਖਣਾ ਕਿ ਲੋਕ ਕਿਵੇਂ ਮੋਬਲਾਈਜ਼ ਹੁੰਦੇ ਅਤੇ ਕੌਣ ਕਰਦਾ। ਦੂਜੀ ਗੱਲ, ਲੋਕ ਕਹਿਣਗੇ ਨੁਕਸਾਨ ਕੀ ਹੈ, ਹਾਂਜੀ ਲੋਕ ਕਹਿਣਗੇ ਨੁਕਸਾਨ ਕੀ ਹੈ ਜੇ ਪਾਰਟੀਆਂ ਤੁਰਨਗੀਆਂ, ਵੀ ਹੋਣ ਦਿਓ ਤੁਹਾਡੀ ਸਿਹਤ 'ਤੇ ਕੀ ਅਸਰ ਹੈ ਫਿਰ? ਹਾਂ, ਤੇ ਫਿਰ ਲੋਕਾਂ ਨੂੰ ਸਮਝਾਉਣਾ ਪੈਣਾ ਨਾ, ਜਦੋਂ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤੇ ਫਿਰ ਉਹਨਾਂ ਦੇ ਕੁਛ 140 ਕਰੋੜ ਲੋਕਾਂ ਦੇ ਵਿੱਚੋਂ ਬਹੁਤ ਹੱਕ ਦੇ ਵਿੱਚ ਵੀ ਹੋਣਗੇ ਨਾ,
ਮੈਂ ਉਹੀ ਕਿਹਾ ਨਾ, ਹਾਂਜੀ ਆਪਾਂ ਤਾਂ ਇਹ ਆਪਾਂ ਕਿਵੇਂ ਸੋਚ ਲਿਆ ਵੀ 140 ਕਰੋੜ ਲੋਕ ਸਾਰੇ ਹੀ ਖਿਲਾਫ ਹੈ, ਬਹੁਤ ਹੱਕ ਦੇ ਵਿੱਚ ਵੀ ਹੋਣਗੇ, ਉਹ ਤਾਂ ਡਿਬੇਟ ਹੋਏਗੀ ਫਿਰ ਨਾ, ਤਾਂ ਡਿਬੇਟ ਹੋਣੀ ਚਾਹੀਦੀ ਹੈ, ਕੋਈ ਮਾੜੀ ਗੱਲ ਨਹੀਂ, ਜਮਹੂਰੀਅਤ ਹੈਗੀ ਹੈ, ਡਿਬੇਟ ਹੋਵੇ, ਪਾਰਲੀਮੈਂਟ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹਨਾਂ ਲੋਕਾਂ ਨੇ ਹੀ ਚੁਣ ਕੇ ਭੇਜੇ ਹੋਏ ਆ ਜਿਹੜੇ 140 ਕਰੋੜ ਲੋਕ ਹੈਗੇ। ਲੇਕਿਨ ਮੈਂ ਮੇਰਾ ਬੇਸਿਕ ਇਸ਼ੂ ਇਹੀ ਹੈ ਕਿ ਉਸ ਤੋਂ ਪਹਿਲਾਂ ਸੰਘਰਸ਼ ਜਿਹਨਾਂ ਨੇ ਕਰਨਾ ਕਿਉਂ ਨਹੀਂ ਕਰਦੇ, ਗੱਲ ਇੱਥੇ ਆ ਜਾਂਦੀ ਹੈ। ਹੁਣ ਜਿਹੜੀ ਗੱਲ ਤੁਸੀਂ ਕੀਤੀ ਰੰਧਾਵਾ ਜੀ, ਮੈਂ 67 ਤੱਕ ਦੀ ਗੱਲ ਇੱਥੇ ਕੀਤੀ ਸੀਗੀ, ਉਦੋਂ ਕਦੇ ਡਿਬੇਟ ਨਹੀਂ ਸੀ ਹੁੰਦੀ ਨਾ, ਉਹ ਤਾਂ ਹਾਲਤ ਬਦਲ ਗਈ ਸਾਰੀ। ਸੋ ਇਹ ਖਾਸਾ ਕੰਪਲੈਕਸ ਇਸ਼ੂ ਹੈ ਬਈ ਇਹ ਸਾਰੀ ਗੱਲ ਕਿਵੇਂ ਲੈਣੀ। ਹੁਣ ਆਪਾਂ ਤਾਂ ਗੱਲ ਐਗਜ਼ਾਮਪਲ ਦੇ ਰਹੇ ਹਾਂ, ਐਗਜ਼ਾਮਪਲ ਯੂਐਸਏ ਦੀ, ਯੂਐਸਏ ਤਾਂ ਪ੍ਰੈਜੀਡੈਂਸ਼ੀਅਲ ਫਾਰਮ ਹੈਗੀ ਹੈ, ਇੱਥੇ ਫਾਰਮ ਨਹੀਂ ਬਦਲੀ ਜਾ ਰਹੀ, ਫਾਰਮ ਪਾਰਲੀਮੈਂਟਰੀ ਹੈ, ਸਿਸਟਮ ਉਹੀ ਰਹਿਣਾ, ਇਲੈਕਸ਼ਨ ਇਕੱਠੀ ਹੋਣੀ ਜਿਵੇਂ 67 ਤੱਕ ਹੁੰਦੀ ਸੀ, ਫਾਰਮ ਨਹੀਂ ਚੇਂਜ ਕੀਤੀ ਜਾ ਰਹੀ। ਸੋ ਮਸਲਾ ਇਹ ਬੇਸਿਕ ਇਸ਼ੂਜ ਜਿਹੜੇ ਹੈਗੇ ਆ, ਹੁਣ ਇਹ ਵੀ ਗੱਲ ਉੱਠੇਗੀ ਜੀ 67 ਤੱਕ ਡਾਇਵਰਸਿਟੀ ਦਾ ਇਸ਼ੂ ਨਹੀਂ ਸੀਗਾ, 67 ਤੋਂ ਬਾਅਦ ਕਿਵੇਂ ਆਇਆ, ਇਹ ਸਵਾਲ ਉੱਠੇਗਾ ਨਾ ਸਾਰੀ ਗੱਲ ਦੇ ਵਿੱਚ। ਹਿੰਦੁਸਤਾਨ ਦਾ ਖਾਸਾ ਨਹੀਂ ਬਦਲਿਆ 67 ਤੋਂ ਬਾਅਦ, ਖਾਸਾ ਉਹੀ ਹੈ। ਮੇਰਾ ਸਵਾਲ ਤੇ ਇਹੀ ਸੀ ਕਿ ਜੇਕਰ ਮੰਨ ਲਓ ਕਿ ਇੱਕ ਇਲੈਕਸ਼ਨ ਹੋ ਜਾਂਦੀ ਹੈ 29 ਦੇ ਵਿੱਚ, ਉਸ ਤੋਂ ਬਾਅਦ ਕੋਈ ਅਸੈਂਬਲੀ ਫਿਰ ਕਿਸੇ ਕਾਰਨ ਕਰਕੇ ਭੰਗ ਹੋ ਜਾਂਦੀ ਹੈ, ਕੋਈ ਅਸੈਂਬਲੀ ਕਿਸੇ ਨੂੰ ਕੋਈ ਸਮਰਥਨ ਵਾਪਸ ਲੈ ਲੈਂਦਾ, ਉਸ ਤੋਂ ਬਾਅਦ ਕੀ ਪ੍ਰਬੰਧ ਹੋਣਗੇ? ਮੰਨ ਲਓ ਇੱਥੇ ਮੈਂ ਜਵਾਬ ਦਿੰਦਾ, ਨਹੀਂ ਮੈਂ ਪਹਿਲਾਂ ਹੀ ਜਵਾਬ ਦੇ ਦਿੰਦਾ, ਦਿੱਤਾ ਕੋਈ ਬੰਦਾ ਛੱਡ ਜਾਂਦਾ ਉਹਦੀ ਚੋਣ ਵਿੱਚ ਇੱਕ ਬੰਦੇ ਦੀ ਨਾ ਨਹੀਂ ਕਰਾਇਆ ਜਾਈ ਕਰੂਗੀ? ਨਹੀਂ ਆਪਾਂ ਆਪਾਂ ਜਨਰਲ ਗੱਲ ਕਰ ਰਹੇ ਹਾਂ, ਆਪਾਂ ਕੰਸਟੀਟਿਊਸ਼ਨਲ ਐਕਸਪਰਟਸ ਨਹੀਂ ਹੈ। ਹਾਂਜੀ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹਦਾ ਜਵਾਬ ਕੰਸਟੀਟਿਊਸ਼ਨਲ ਐਕਸਪਰਟਸ ਦੇਣਗੇ ਤੇ ਡਿਬੇਟ ਹੋਵੇਗੀ ਇੱਥੇ। ਸਾਡਾ ਕੰਮ ਮੋਟੀ ਗੱਲ ਕਰਨਾ ਹੈ, ਜੇ ਮੈਂ ਕਹਾਂ ਕਿ ਮੈਨੂੰ ਬਰੀਕੀਆਂ ਪਤਾ, ਮੈਨੂੰ ਬਿਲਕੁਲ ਬਰੀਕੀਆਂ ਨਹੀਂ ਪਤਾ, ਇਹਦੀਆਂ ਕਿੰਨੀਆਂ ਅਮੈਂਡਮੈਂਟਸ ਹੋਣੀਆਂ ਕੰਸਟੀਟਿਊਸ਼ਨਲ, ਸਾਨੂੰ ਤਾਂ ਅਜੇ ਵੀ ਨਹੀਂ ਪਤਾ ਪੂਰੀਆਂ, ਤੇ ਉਹਨਾਂ ਦੇ ਵਿੱਚੋਂ ਕੁਛ ਅਮੈਂਡਮੈਂਟਸ ਐਸੀਆਂ ਜਿੱਥੇ 2/3 ਮੈਜੋਰਿਟੀ ਚਾਹੀਦੀ ਹੈ ਤੇ 50% ਸਟੇਟਸ ਤੋਂ ਰੈਟੀਫਿਕੇਸ਼ਨ ਚਾਹੀਦੀ ਹੈ ਉਹਦੀ ਅਮੈਂਡਮੈਂਟ ਦੀ, ਤਾਂ ਮੈਂ ਕਿਹਾ ਵੀ ਉਹਦਾ ਸਾਲ ਲੱਗ ਜਾਂਦਾ ਘੱਟੋ ਘੱਟ ਜਦੋਂ ਸਟੇਟਸ ਰੈਟੀਫਾਈ ਕਰਦੀਆਂ, ਤੇ ਉਹ ਲੰਬਾ ਪ੍ਰੋਸੈਸ, ਜਿਹੜੀ ਕੰਸਟੀਟਿਊਸ਼ਨਲ ਅਮੈਂਡਮੈਂਟ ਆ ਉਹਦਾ ਪ੍ਰੋਸੈਸ ਲੰਬਾ ਹੁੰਦਾ ਇਸ ਲੈਵਲ ਦੀ ਆ ਕੇ। ਸੋ ਉਹ ਸਾਰਾ ਟਾਈਮ ਹੈ ਸੰਘਰਸ਼ ਕਰਨ ਦਾ, ਜਿਹੜੇ ਲੋਕ ਇਹਦੇ ਖਿਲਾਫ ਹੈਗੇ, ਜੇ ਲੋਕਾਂ ਨੇ ਇਹਦੇ ਖਿਲਾਫ ਖੜੇ ਹੋਣਾ ਜੇ। ਸੋ ਇਹ ਖਾਸਾ ਡਿਬੇਟੇਬਲ ਇਸ਼ੂ ਹੈ ਸਾਰਾ, ਸਾਰੇ ਐਸਪੈਕਟ ਦੇਖਣੇ ਚਾਹੀਦੇ ਆਪਾਂ ਇਹਦੇ ਵਿੱਚ। ਸਰਦਾਰ ਸਿੰਘ ਜੀ, ਜਦੋਂ ਮੈਂ ਸਵਾਲ ਕਰ ਰਿਹਾ ਨਾ, ਇਹ ਆਮ ਬੰਦੇ ਦਾ ਸਵਾਲ ਆ ਵੀ ਮੰਨ ਲਓ ਇੱਕ ਇਲੈਕਸ਼ਨ ਹੀ ਹੋਣੀ ਆ, ਉਸ ਤੋਂ ਅੱਗੇ ਪਿੱਛੇ ਇਲੈਕਸ਼ਨ ਨਹੀਂ ਹੋਣੀ ਕਿਉਂਕਿ ਸਿਧਾਂਤਕ ਫੈਸਲਾ, ਦੇਸ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਤੇ ਉਹਦੇ ਦਰਮਿਆਨ ਚ ਵਾਪਰਨ ਵਾਲੀਆਂ ਚੀਜ਼ਾਂ ਨੂੰ ਫਿਰ ਕਿਵੇਂ ਇਹ ਕੰਸਟੀਟਿਊਸ਼ਨਲੀ ਇਹ ਸੰਵਿਧਾਨਕ ਤੌਰ ਤੇ ਕਿਸ ਤਰ੍ਹਾਂ ਦੀ ਸ਼ੇਪ ਦਿੱਤੀ ਜਾਊਗੀ ਕਿ ਜੇ ਦਰਮਿਆਨ ਚ ਕੋਈ ਅਸੈਂਬਲੀ ਭੰਗ ਹੋ ਜਾਂਦੀ ਆ, ਕੋਈ ਮੈਂਬਰ ਪਾਰਲੀਮੈਂਟ ਮਰ ਜਾਂਦਾ ਹੈ, ਕੋਈ ਇੱਕ ਪਾਰਟੀ ਛੱਡ ਕੇ ਦੂਜੀ ਚਲੇ ਜਾਂਦਾ, ਜੇ ਐਂਟੀ ਡਿਫੈਕਸ਼ਨ ਲਾ ਐਵੇਂ ਹੀ ਕਾਇਮ ਰਹਿੰਦਾ, ਜਾਂ ਇਹਦੀ ਸ਼ੇਪ ਬਦਲੀ ਜਾਊਗੀ, ਦਰਮਿਆਨ ਦੇ ਵਿੱਚ ਚੋਣ ਹੋਣੀ ਨਹੀਂ, ਜਾਂ ਫਿਰ ਇੱਕ ਵਾਰੀ ਕਰਾ ਲਓ ਕਿਉਂਕਿ ਮੋਦੀ ਸਾਹਿਬ ਚਾਹੁੰਦੇ ਨੇ ਇੱਕ ਵਾਰੀ ਕਰਾ ਲਓ, ਤਾਂ ਫਿਰ 5 ਸਾਲਾਂ ਦੇ ਵਿੱਚ 2-4 ਹੋਰ ਹੋ ਗਈਆਂ, ਜਿੱਦਾਂ 67 ਤੋਂ ਅੱਗੇ ਆਉਂਦਿਆਂ ਆਉਂਦਿਆਂ ਹੁਣ ਤੱਕ ਕੋਈ ਚੋਣ 3-3, 4-4 ਰਾਜਾਂ ਦੀਆਂ ਇਕੱਠੀਆਂ ਹੋ ਰਹੀਆਂ, ਬਾਕੀ ਤਾਂ ਜਦੋਂ ਮਰਜ਼ੀ ਜਦੋਂ ਹੋ ਜਾਂਦੀ ਹੈ ਜੀ, ਕੀ ਕਹਿੰਦੇ? ਨਹੀਂ ਇਹਦੇ ਚ ਉਹਨਾਂ ਨੇ ਕਈ ਰਸਤੇ ਸੁਝਾਏ ਨੇ, ਕਈ ਗੱਲਾਂ ਨੇ, ਪਰ ਉਹ ਕਰ ਸਕਦੇ ਆਪਾਂ ਥੋੜੀ ਡਿਟੇਲ ਡਿਬੇਟ ਦੇ ਵਿੱਚ। ਪਹਿਲਾਂ ਮੈਂ 2-3 ਗੱਲਾਂ ਮੋਟੀਆਂ ਕਰਨਾ ਚਾਹੁੰਦਾ ਜਿਹੜੇ ਡਾਇਰੈਕਸ਼ਨ ਦੀਆਂ ਗੱਲਾਂ ਨੇ।
ਇਹ ਫਾਰਮ ਮੈਂ ਇਹ ਕਹਿ ਕੇ ਇਹ ਕਦਮ ਹੈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਵੱਲ, ਇਹ ਪਾਰਲੀਮੈਂਟਰੀ ਕਿਸੇ ਸਿਸਟਮ ਦੇ ਵਿੱਚ ਨਹੀਂ ਹੈ ਦੁਨੀਆ ਭਰ 'ਚ ਜਿਹੜਾ ਅਸੀਂ ਕਰ ਰਹੇ ਹਾਂ। ਇਹ ਅਰਧ ਪ੍ਰੈਜ਼ੀਡੈਂਸ਼ੀਅਲ ਫਾਰਮ ਹੋ ਜਾਏਗੀ ਜਦੋਂ ਅਸੀਂ ਉੱਧਰ ਨੂੰ ਚੱਲਾਂਗੇ। ਦੂਸਰੀ ਗੱਲ ਇਹ ਹੈ ਕਿ 67 ਦੇ ਵਿੱਚ ਵੀ ਆਪਣੇ ਆਪ ਨਹੀਂ ਬਦਲ ਗਿਆ ਸਿਸਟਮ, ਲੋਕਾਂ ਦੀਆਂ ਸਟਰਗਲ 'ਚ ਦੇਖੋ, ਪੰਜਾਬ ਦੇ ਵਿੱਚੋਂ ਲੈ ਕੇ ਪੰਜਾਬੀ ਸੂਬੇ ਤੋਂ ਲੈ ਕੇ ਉਦੋਂ ਪਹਿਲਾਂ ਦੀਆਂ ਸਟਰਗਲ 'ਚ ਦੇਖੋ, ਉੱਧਰ ਕੇਰਲਾ ਦੇ ਵਿੱਚ ਦੇਖੋ ਜਦੋਂ 67 ਨਮੂਦਰੀਪਾਦ ਦੀ ਸਰਕਾਰ ਆਈ ਹੈ, ਉਦੋਂ ਬਾਅਦ ਉਹਨਾਂ ਸਟਰਗਲ 'ਚ ਨੇ ਰੀਜਨਲ ਪਾਰਟੀ ਦੇ ਨੂੰ ਸਟਰੈਂਥਨ ਕੀਤਾ। ਆਜ਼ਾਦੀ ਵੇਲੇ ਕਾਂਗਰਸ ਦਾ 71 ਰਾਜ ਸੀਗਾ ਓਵਰਆਲ, ਕਿਹੜੀ ਪਾਰਟੀ ਸੀ ਇੱਥੇ ਬੇਸਿਕ ਲੈਵਲ ਤੇ ਉਸ ਪੱਧਰ ਦੇ ਉੱਤੇ ਜਾ ਕੇ ਵੱਡੇ ਪੱਧਰ ਦੇ ਉੱਤੇ, ਔਰ ਉਹ ਪ੍ਰੈਕਟੀਕਲੀ ਲੋਕਾਂ ਦੀ ਸਟਰਗਲ 'ਚੋਂ ਆਇਆ ਹੋਇਆ ਮਾਮਲਾ ਸੀ। ਜਿਹੜੀਆਂ ਸਟਰਗਲ 'ਚ ਰੀਜਨਲ ਗਰੁੱਪ ਐਡੇ ਵੱਡੇ ਤਾਕਤਵਰ ਹੋ ਗਏ, ਉਹ ਯੂਨਾਈਟਡ ਫਰੰਟ ਦੀਆਂ ਗੌਰਮੈਂਟਾਂ ਤੱਕ ਚਲੀ ਗਈ, ਗੌਰਮੈਂਟਾਂ ਬਣਾਉਣ ਤੱਕ ਚਲੀ ਗਈ। ਲੋਕ ਉਵੇਂ ਸਟਰਗਲ ਕਰਦੇ ਨੇ, ਲੋਕਾਂ ਦਾ ਉਹ ਤਰੀਕਾ ਸਟਰਗਲ ਕਰਨ ਦਾ, ਹੁਣ ਵੀ ਲੋਕਾਂ ਦਾ ਤਰੀਕਾ ਇਹੀ ਹੈ। ਪਹਿਲੀ ਗੱਲ, ਜੇ ਅਸੀਂ ਡੈਮੋਕ੍ਰੇਟਿਕ ਕੰਟਰੀ ਕਹਾਉਂਦੇ ਹਾਂ, ਇਹ ਕਿਸੇ 10-20 ਬੰਦਿਆਂ ਦੀ ਕਮੇਟੀ ਨੂੰ ਪਾਰਲੀਮੈਂਟ ਡੇ ਟੂ ਡੇ ਦੇ ਮੁੱਦੇ, 5 ਸਾਲ ਤੱਕ ਦੇ ਮੁੱਦੇ ਚਲਾਉਣ ਲਈ ਦਿੱਤੀ ਗਈ ਉਹਨਾਂ ਨੂੰ, ਪਾਰਲੀਮੈਂਟ ਦੇ ਮੈਂਬਰਾਂ ਨੂੰ ਜਾਂ ਅਸੈਂਬਲੀ ਦੇ ਮੈਂਬਰਾਂ ਨੂੰ ਇਹ ਮੈਂਡੇਟ ਹੈ ਉਹਨਾਂ ਦਾ। ਦੇਸ਼ ਦੇ ਬੁਨਿਆਦੀ ਸਟਰਕਚਰ ਨੂੰ ਬਦਲ ਸੁੱਟਣ ਦਾ ਮੈਂਡੇਟ ਕਿਸੇ ਨੂੰ ਨਹੀਂ, ਉਹ ਮਾਲਕ ਨਹੀਂ ਹੈ, ਕਸਟੋਡੀਅਨ ਨੇ। ਇਹ ਕਹਿ ਕੇ ਤੁਸੀਂ ਜੋ ਮਰਜ਼ੀ ਬਦਲ ਦੋਗੇ, ਇਸੇ ਲਈ ਸੁਪਰੀਮ ਕੋਰਟ ਦੀ ਜੱਜਮੈਂਟ ਆ ਵਾਰ ਵਾਰ ਕੋਰਟ ਹੁੰਦੀ ਹੈ ਕਿ ਫੰਡਾਮੈਂਟਲ 'ਚ ਨਹੀਂ ਬਦਲ ਸਕਦੇ ਤੁਸੀਂ ਇਸ ਕੰਸਟੀਟਿਊਸ਼ਨ। ਉੱਥੇ ਉਹ ਡਿਬੇਟ ਹੋਣੀ ਹੈ ਜਦੋਂ ਇਹ ਚੀਜ਼ਾਂ ਆਉਣਗੀਆਂ ਕਿ ਕੀ ਫੈਡਰਲ ਸਟਰਕਚਰ ਤੇ ਆਂਚ ਆਏਗੀ ਜਿਹੜਾ ਕਿ ਫੰਡਾਮੈਂਟਲ ਮੰਨਿਆ ਜਾਂਦਾ ਇਸ ਕੰਟਰੀ ਦੇ ਵਿੱਚ, ਕੀ ਇਹਨਾਂ ਚੀਜ਼ਾਂ ਤੇ ਇੰਪੈਕਟ ਪੈਣਗੇ ਜਿਹੜੇ ਬਾਕੀ ਦੀਆਂ ਚੀਜ਼ਾਂ ਆਉਣਗੀਆਂ ਉਸ ਮਾਮਲੇ ਦੇ ਵਿੱਚ। ਇਹ ਸਾਰੀਆਂ ਇਦੋਂ ਪਹਿਲਾਂ, ਜੇ ਅਸੀਂ ਰੀਅਲ ਡੈਮੋਕ੍ਰੇਟਿਕ ਕੰਟਰੀ ਆ, ਰਾਜਾਂ ਦੀਆਂ ਵਿਧਾਨ ਸਭਾਵਾਂ ਕੋਲੇ ਕਮੇਟੀ ਦੀਆਂ ਸਿਫਾਰਸਾਂ ਪਹਿਲਾਂ ਕਿਉਂ ਨਹੀਂ ਭੇਜੀਆਂ ਗਈਆਂ? ਰਾਜਾਂ ਦੀਆਂ ਗੌਰਮੈਂਟਾਂ ਕੋਲੇ ਸਿਫਾਰਸਾਂ ਭੇਜੋ, ਤੁਹਾਡੀ ਕੈਬਨਿਟ ਅਪਰੂਵ ਕਰ ਦੂਗੀ ਜੀ, ਉੱਧਰ ਜਾ ਕੇ ਪਾਰਲੀਮੈਂਟ 'ਚ ਬਿੱਲ ਪੇਸ਼ ਕਰ ਦਿਓਗੇ? ਇਹ ਕਿਹੜਾ ਡੈਮੋਕ੍ਰੇਟਿਕ ਕੰਟਰੀ ਆ, ਕਿਹੜਾ ਫੈਡਰਲ ਸਟਰਕਚਰ ਹੈ ਜੀ? ਉਦੋਂ ਪਹਿਲਾਂ ਤੁਹਾਡੇ ਕੋਲ 3-tier ਗੌਰਮੈਂਟਾਂ ਨੇ, ਹੇਠਾਂ ਲੋਕਲ ਬਾਡੀ ਤੋਂ ਲੈ ਕੇ ਗ੍ਰਾਮ ਸਭਾਵਾਂ ਤੱਕ, ਕਿਉਂ ਨਹੀਂ ਇੱਥੇ ਚਰਚਾ ਕਰਾ ਲੈਂਦੇ ਲੋਕਾਂ ਦੀ? ਸਾਲ ਹੋਰ ਲੱਗ ਜੂਗਾ, ਟਾਈਮ ਬਾਉਂਡ ਦਿਓ ਕਿ ਆਹ ਸਾਲ ਉਹਦੇ ਚਰਚਾ ਕਰਾਵਾਂਗੇ। ਲੋਕਾਂ ਦੀ ਰਾਏ ਆਊਗੀ, ਰਾਏ ਪੁੱਛਦਾ ਕੌਣ ਹੈ? ਪੁੱਛਣਗੇ ਲੋਕਾਂ ਦੇ, ਦੁਨੀਆਂ ਦੇ ਵਿੱਚ ਜਿੱਥੇ ਅਸੀਂ ਗੱਲ ਕਰਦੇ ਡੈਮੋਕ੍ਰੇਟ, ਉੱਥੇ ਰੈਫਰੈਂਡਮ ਹੁੰਦੇ ਨੇ ਲੋਕਾਂ ਦੀ ਰਾਏ ਨਾਲ, ਇਸ ਦੇਸ਼ ਨੇ ਕੀ ਕਰਨਾ। ਆਪਣੇ ਸਾਹਮਣੇ ਬ੍ਰਿਕਸ ਦੇ ਵਿੱਚੋਂ ਨਿਕਲਿਆ ਬਰਤਾਨੀਆ ਰੈਫਰੈਂਡਮ ਨਾਲ, ਔਰ ਕਿੰਨੇ ਹੀ ਕੰਟਰੀ ਦੇ ਵਿੱਚ ਬਾਕੀ ਰੈਫਰੈਂਡਮ ਹੁੰਦੇ ਨੇ, ਕਿਊਬਿਕ ਦੇ ਵਿੱਚ ਰੈਫਰੈਂਡਮ ਹੁੰਦਾ, ਤੁਸੀਂ ਅਲੱਗ ਰਹਿਣਾ ਜਾਂ ਇਕੱਠੇ ਰਹਿਣਾ। ਉਹ ਡੈਮੋਕ੍ਰੇਸੀ ਦਾ ਲੈਵਲ ਥੋੜਾ ਜਿਹਾ ਮਚਿਓਰ ਹੈ, ਹੋਰ ਹੈ ਸਾਡੇ, ਉਹਨਾਂ ਨਹੀਂ ਤਾਂ ਘੱਟੋ ਘੱਟ ਇੰਨਾ ਕੁ ਤਾਂ ਕਰੋ ਕਿ ਪਾਰਲੀਮੈਂਟ ਤੁਹਾਡੀ ਮੈਜੋਰਟੀ ਆ, ਬੈਠ ਕੇ ਕਰ ਲਿਆ। ਉਦੋਂ ਪਹਿਲਾਂ ਗਰਾਊਂਡ ਡਿਬੇਟ ਲੋਕਾਂ ਦੇ ਵਿੱਚ ਨਾ, ਲੋਕਾਂ ਦੀਆਂ ਰਾਏ ਆ ਜਾਣਗੀਆਂ, ਵੱਖ ਵੱਖ ਆ ਜਾਣਗੀਆਂ, ਉਦੋਂ ਬਾਅਦ ਫਿਰ ਫੈਸਲੇ ਹੋ ਜਾਣਗੇ, ਪਾਰਟੀਆਂ ਫੈਸਲਾ ਕਰ ਲੈਣਗੀਆਂ। ਲੋਕਾਂ ਦੀ ਬਿੱਲ ਆਈ ਕਿੱਥੋਂ ਹੈ, ਲਈ ਕਿਹਨੇ ਹੈ? ਲੋਕ ਕੇਵਲ ਸਟਰਗਲ ਲਈ ਨਹੀਂ ਹੁੰਦੇ, ਸਟਰਗਲ ਉਦੋਂ ਕਰਨਗੇ ਜਦੋਂ ਉਹਨਾਂ ਦੀ ਨਹੀਂ ਸੁਣੀ ਜਾਏਗੀ ਨਾ। ਇੱਕ ਪ੍ਰੋਸੈਸ ਹੁੰਦਾ ਸਟਰਗਲ ਦਾ ਵੀ, ਉਹ ਆਪਣੀਆਂ ਪਾਰਟੀਆਂ ਨੂੰ ਦੇਖਣਗੇ, ਉਹਨਾਂ ਦੀਆਂ ਪਾਰਟੀਆਂ ਉੱਥੇ ਸਟੈਂਡ ਕੀ ਲੈਂਦੀਆਂ ਨੇ, ਉਦੋਂ ਬਾਅਦ ਉਹ ਪਾਰਟੀਆਂ ਵੀ ਜੇ ਉੱਧਰ ਚੱਲਦੀਆਂ ਨੇ, ਉਦੋਂ ਬਾਅਦ ਸਟਰਗਲ ਦਾ ਫਾਰਮ ਆਉਂਦੀਆਂ। ਲੋਕਾਂ ਨੇ ਕੀ ਕੀਤਾ ਇਦੋਂ ਪਹਿਲਾਂ ਕਿਸਾਨ ਅੰਦੋਲਨ 'ਚ? ਸਾਰੀਆਂ ਪਾਰਟੀਆਂ ਨੂੰ ਮੰਗ ਪੱਤਰ ਦਿੱਤੇ, ਉਹ ਤਾਂ ਉਹਨਾਂ ਨੇ ਆਰਡੀਨੈਂਸ ਜਾਰੀ ਕਰਤਾ ਪਾਰਲੀਮੈਂਟ ਦੇ ਵਿੱਚ ਜਾ ਕੇ, ਪਾਰਲੀਮੈਂਟ 'ਚ ਪਹਿਲਾਂ ਨਹੀਂ ਗਏ, ਕੈਬਨਿਟ ਨੇ ਕਰਤਾ ਇੰਪਲੀਮੈਂਟ ਕਰਤੇ ਉਹ, ਲੋਕ ਉਦੋਂ ਬਾਅਦ ਸਟਰਗਲ 'ਚ ਆਏ ਨੇ, ਇਸ ਲਈ ਉਹ ਵਿਹਲੇ ਵੀ ਨਹੀਂ ਇੰਨੇ ਕਿ ਉਹ ਸਟਰਗਲ 'ਚ ਆ ਜਾਣਗੇ ਬਾਕੀ। ਔਰ ਹੁਣ ਜਿੰਨੀਆਂ ਡਿਬੇਟਾਂ ਹੋ ਰਹੀਆਂ ਨੇ ਟੀਵੀ 'ਤੇ ਹੋਣਗੀਆਂ ਜਾਂ ਵੱਖ ਵੱਖ ਜਿਹੜੇ ਵੱਖ ਸੈਗਮੈਂਟ 'ਚ ਹੋਣਗੇ, ਟੀਵੀ ਡਿਬੇਟਾਂ ਦੇ ਵਿੱਚ ਇੱਕ ਲਿਮਿਟਡ ਸਰਕਲ ਆਉਂਦਾ ਹੈ ਅਲੀਟ ਦਾ, ਗਿਣੇ ਚੁਣੇ ਨੁਮਾਇੰਦੇ ਆਉਂਦੇ ਨੇ, ਸਧਾਰਨ ਲੋਕ ਨਹੀਂ ਆਉਂਦੇ ਟੀਵੀ ਡਿਬੇਟਾਂ ਦੇ ਵਿੱਚ। ਜੇ ਉਹਨਾਂ ਤੋਂ ਇਕੱਲਾ ਫੈਸਲਾ ਕਰਨਾ ਉਹਦੇ ਨਾਲ ਨਹੀਂ ਹੋਣਾ। ਜਮਹੂਰੀਅਤ ਇਹ ਕਹਿੰਦੀ ਹੈ ਕਿ ਤੁਸੀਂ ਐਡਾ ਵੱਡਾ ਫੈਸਲਾ ਲੈਣ ਜਾ ਰਹੇ ਹੋ ਜਿਹੜਾ ਸਭ ਤੋਂ ਇੰਡੀਪੈਂਡੈਂਟ ਹੈ, ਉਹਨਾਂ ਨੂੰ ਦਿਖਾ, ਉਹਨਾਂ ਕੋਲ ਲੈ ਜਾਓ, ਉਹਨਾਂ ਨੂੰ ਸਿਫਾਰਸਾ ਉਹਨਾਂ ਦੀ ਜ਼ੁਬਾਨ 'ਚ ਦਿਓ। ਪਹਿਲੀ ਗੱਲ ਤਾਂ ਜਿੰਨੀਆਂ ਕਾਂਸਟੀਟਿਊਸ਼ਨ ਨੇ ਪ੍ਰਵਾਨ ਕੀਤੀਆਂ ਜ਼ੁਬਾਨਾਂ ਨੇ, ਘੱਟੋ ਘੱਟ
ਉਹਨਾਂ ਚੋਂ ਰਿਪੋਰਟ ਛਾਪ ਕੇ ਉਹਨਾਂ ਤੱਕ ਜਾਵੇ। ਇਹ ਛੋਟਾ ਫੈਸਲਾ ਨਹੀਂ ਹੈ, ਇਹ ਜ਼ਿੰਦਗੀ ਦੇ ਫੈਸਲੇ ਨੇ। ਤੇ ਇਹ ਜ਼ਿੰਦਗੀ ਦੇ ਫੈਸਲੇ ਕਰਨ ਲਈ ਕਾਹਲ ਕਾਹਦੀ ਹੈ? ਕਿਉਂ ਕਾਹਲ ਹੈ ਕਿ ਤੁਸੀਂ ਉਹ ਕਰਨਾ 2 ਸਾਲ 'ਚ 3 ਸਾਲ 'ਚ? ਜਿਵੇਂ 70 ਸਾਲ ਲੰਘ ਗਏ, 4 ਸਾਲ ਹੋਰ ਗੁਜ਼ਰ ਜਾਣਗੇ। ਰੌਲਾ ਮਾਇੰਡ ਸੈਟ ਦਾ, ਰੌਲਾ ਤਰੀਕਾ ਕਾਰ ਦਾ ਕਿ ਤੁਸੀਂ ਕਿਹੜਾ ਅਪਣਾਉਣਾ। ਤੇ ਜੇ ਹੁਕਮਰਾਨ ਉਵੇਂ ਕਰਦਾ ਫਿਰ ਠੀਕ ਹੈ, ਫਿਰ ਤਾਂ ਜੇ ਸਾਰਿਆਂ ਨੂੰ ਸਮਝ ਆਉਂਦੀ ਹੈ ਵੀ ਉਹ ਗੱਲ ਉਹ ਫਿਰ ਠੀਕ ਹੈ, ਉਹ ਜਿਵੇਂ ਵੀ ਕਰੂਗਾ ਠੀਕ ਹੈ, ਉਵੇਂ ਚੱਲਦਾ ਰਹੂਗਾ ਕੰਟਰੀ ਜਿਹੋ ਜਿਹਾ ਵੀ ਚੱਲਦਾ ਰਹੂਗਾ, ਤਾਂ ਲੋਕਾਂ ਦਾ ਸਟੇਕ ਹੈ ਜੇ ਸਿਟੀਜ਼ਨ ਉਹਦੇ 'ਚ ਕਿੰਨਾ ਹੋਊਗਾ, ਇਹ ਡਿਪੈਂਡ ਕਰੂਗਾ ਇਨ ਫਿਊਚਰ ਉਹਦੇ 'ਤੇ। ਜਿਹਾ ਜਿਹਾ ਨੀਤੀ ਆਯੋਗ ਬਣਾ ਤਾ ਕੋਆਪਰੇਟਿਵ ਫੈਡਰਲਿਜ਼ਮ 'ਚ ਕਿ ਸਾਰੇ ਚੀਫ ਮਿਨਿਸਟਰ ਉਹਦੇ ਮੈਂਬਰ ਨੇ, 1.5 ਮਿੰਟ ਨਹੀਂ ਮਿਲਦਾ ਚੀਫ ਮਿਨਿਸਟਰ ਨੂੰ ਉੱਥੇ ਗੱਲ ਕਰਨ ਦੇ ਲਈ। ਤੇ ਠੀਕ ਹੈ ਜੀ, ਕੋਆਪਰੇਟਿਵ ਫੈਡਰਲਿਜ਼ਮ ਤਾਂ ਹੈ, ਉਹ ਤਾਂ ਚੱਲ ਰਿਹਾ, ਫਿਰ ਪਲਾਨਿੰਗ ਬੋਰਡ ਤੋੜ ਕੇ, ਪਲਾਨਿੰਗ ਕਮਿਸ਼ਨ ਤੋੜ ਕੇ, ਇੰਸਟੀਚਿਊਸ਼ਨ 'ਚ ਕਿੱਲ ਹੋ ਰਹੀਆਂ ਨੇ, ਕਮਜ਼ੋਰ ਹੋ ਰਹੀਆਂ ਨੇ। ਇਹਨੂੰ ਇਸੇ ਲਈ ਇਹ ਡਿਬੇਟ ਦਾ ਇੱਕ ਜਿਹੜਾ ਐਤਕੀ ਘੱਟੋ ਘੱਟ ਇਲੈਕਸ਼ਨ 'ਚ ਕਾਂਸਟੀਟਿਊਸ਼ਨ ਡਿਬੇਟ 'ਚ ਆਇਆ, ਚੰਗੀ ਗੱਲ ਹੈ, ਔਰ ਬਾਕੀ ਦੀਆਂ ਚੀਜ਼ਾਂ ਡਿਬੇਟ ਦੇ ਵਿੱਚ ਆਈਆਂ ਨੇ। ਜੇ ਹੌਲੀ ਹੌਲੀ ਉੱਧਰ ਨੂੰ ਉਹ ਡਿਬੇਟ ਤੁਰੂਗੀ ਵੱਡੀਆਂ ਗੱਲਾਂ ਵੱਲ ਨੂੰ, ਸ਼ਾਇਦ ਲੋਕਾਂ ਦੀ ਰਾਏ ਵੀ ਆਉਣੀ ਸ਼ੁਰੂ ਹੋ ਜਾਏ। ਜੀ 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 ਸਰਦਾਰ ਜਗਤਾਰ ਸਿੰਘ ਜੀ, ਅੱਗੇ ਵੱਧ ਜਾਈਏ ਜੇ ਤੁਸੀਂ ਆਗਿਆ ਦਿਓ ਤਾਂ। ਇਹ ਤਾਂ ਬਹਿਸ ਲੰਬੀ ਹੈ, ਵੱਧ ਜਾਈਏ ਜੇ ਜਿੰਨੀ ਮਰਜ਼ੀ ਬਹਿਸ ਕਰ ਲਈ ਆਪਾਂ ਇਸ ਮਾਮਲੇ ਤੇ ਤਾਂ। ਇਹ ਮੈਨੂੰ ਲੱਗਦਾ ਇਹਨੂੰ ਆਪਾਂ ਜਿਵੇਂ ਜਿਵੇਂ ਰਿਐਕਸ਼ਨ ਹੋਣਗੇ, ਜਿਵੇਂ ਖੜਗੇ ਸਾਹਿਬ ਨੇ ਕਿਹਾ ਜਦੋਂ ਚੋਣਾਂ ਆਉਂਦੀਆਂ ਨੇ ਕੋਈ ਤੇ ਉਦੋਂ ਕੋਈ ਨਾ ਕੋਈ ਸ਼ਗੂਫਾ ਆਉਂਦਾ ਤੇ ਅਸੀਂ ਇਹਨੂੰ ਵਿਹਾਰਕ ਨਹੀਂ ਮੰਨਦੇ, ਏਦਾਂ ਹੀ ਹੋਰ ਵੀ ਕੁਛ ਆ ਰਹੇ ਨੇ, ਪਰ ਅਸੀਂ ਇਹਨੂੰ ਹੋਰ ਥੋੜਾ ਜਿਹਾ ਖੁੱਲਾ ਵੇਖ ਲਈਏ ਵੀ ਕੀ ਦੇਸ਼ ਭਰ 'ਚ ਆਉਂਦਾ, ਫਿਰ ਇੱਥੇ ਅੱਗੇ ਚੱਲਾਂਗੇ। ਮੈਂ ਜੇ ਤੁਹਾਨੂੰ ਬੇਨਤੀ ਕਰਾਂ ਕਿ ਅਗਲਾ ਮੁੱਦਾ ਪੰਥਕਤਾ ਦਾ ਹੈ, ਉਹ ਰਾਜਨੀਤੀ ਜਿਹੜੀ ਰਾਜਨੀਤੀ ਤੁਸੀਂ ਬਹੁਤ ਨੇੜਿਓਂ ਦੇਖੀ ਆ ਦੋਨਾਂ ਨੇ ਹੀ, ਮੈਂ ਉਸ ਰਾਜਨੀਤੀ ਤੇ ਜਾਣਾ ਚਾਹੁੰਦਾ। ਅੱਜ 450 ਸਾਲਾਂ ਸ਼ਤਾਬਦੀ ਸੀਗੇ ਪ੍ਰੋਗਰਾਮ ਔਰ ਸੀਗੇ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨਾਲ ਸੰਬੰਧਿਤ। ਸੋ ਮੈਂ ਉੱਥੇ ਸਿੰਘ ਸਾਹਿਬਾਨ ਨੂੰ ਸੁਣ ਰਿਹਾ ਸੀ, ਜਿਹੜੇ ਗਿਆਨੀ ਹਰਪ੍ਰੀਤ ਸਿੰਘ ਔਰ ਗਿਆਨੀ ਰਘਬੀਰ ਸਿੰਘ ਦੋਵੇਂ ਹੀ ਫੈਸਲਾ ਕੁੰਨ ਹੁੰਦੇ ਆ ਜਦੋਂ ਸਿੰਘ ਸਾਹਿਬਾਨ ਬੈਠਦੇ ਆ, ਕਿਉਂਕਿ ਹੁਣ ਅਕਾਲੀ ਪੋਲੀਟਿਕਸ ਦੇ ਉੱਤੇ ਸਿੰਘ ਸਾਹਿਬਾਨ ਕੋਲ ਮਾਮਲੇ ਆਏ ਹੋਏ ਆ, ਔਰ ਸਾਰੀ ਦੀ ਸਾਰੀ ਸਿਆਸਤ, ਸਿੱਖ ਸਿਆਸਤ, ਪੰਥਕ ਸਿਆਸਤ ਉਹਨਾਂ ਵੱਲ ਹੀ ਦੇਖ ਰਹੀ ਆ, ਉਹਨਾਂ ਵੱਲ ਹੀ ਆਮ ਸਿੱਖ ਵੀ ਦੇਖ ਰਿਹਾ ਕਿ ਹੁਣ ਮੂੰਹ ਮਹਾਂਦਰਾ ਕਿਹੋ ਜਿਹਾ ਹੋਊਗਾ ਪੰਥਕ ਪੋਲੀਟਿਕਸ ਦਾ। ਉਹਨਾਂ ਵੱਲੋਂ ਕੋਈ ਵੀ ਗੱਲ ਕਹੀ ਜਾਂਦੀ ਉਹਦੇ ਅਰਥ ਕੱਢੇ ਜਾਂਦੇ। ਸੋ ਗੋਇੰਦਵਾਲ ਸਾਹਿਬ ਦੇ ਵਿੱਚ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਬੋਲੇ, ਫਿਰ ਬੋਲੇ ਗਿਆਨੀ ਰਘਬੀਰ ਸਿੰਘ। ਗਿਆਨੀ ਹਰਪ੍ਰੀਤ ਸਿੰਘ ਬੜੇ ਸਿੱਧੇ ਰੂਪ ਦੇ ਵਿੱਚ ਬੋਲ ਰਹੇ ਸੀਗੇ ਕਿ ਅਸੀਂ ਕਮਜ਼ੋਰ ਹੋਏ ਹਾਂ। ਗਿਆਨੀ ਰਘਬੀਰ ਸਿੰਘ ਨੇ ਪੰਥਕ ਏਕਤਾ, ਰਾਜਨੀਤਿਕ ਸ਼ਕਤੀ ਦੇ ਇਕੱਠੇ ਹੋਣ ਦੀ ਗੱਲ ਕੀਤੀ ਆ ਕਿ ਜਦੋਂ ਸਿੰਘ ਸਾਹਿਬਾਨ ਜਨਤਕ ਮੰਚਾਂ ਤੋਂ ਇਸ ਤਰ੍ਹਾਂ ਦੇ ਸੰਕੇਤ ਦੇ ਰਹੇ ਆ ਤਾਂ ਮੰਨ ਕੇ ਚੱਲੀਏ ਕਿ ਉਹਨਾਂ ਨੇ ਹੀ ਜੇਕਰ ਪੰਥਕ ਪੋਲੀਟਿਕਸ ਨੂੰ ਡਿਕਟੇਟ ਕਰਨਾ, ਦਿਸ਼ਾ ਦੇਣੀ ਆ, ਉਹਨਾਂ ਨੇ ਫੈਸਲੇ ਲੈਣੇ ਆ ਤਾਂ ਆਉਂਦੇ ਦਿਨਾਂ ਦੇ ਵਿੱਚ ਉਹ ਸਮੂਹ ਅਕਾਲੀ ਧੜਿਆਂ ਨੂੰ ਕੌਮੀ ਰਾਜਨੀਤਿਕ ਨਜ਼ਰੀਏ ਤੋਂ ਔਰ ਕੌਮੀ ਹਿੱਤਾਂ ਦੇ ਨਜ਼ਰੀਏ ਤੋਂ ਆਦੇਸ਼ ਵੀ ਜਾਰੀ ਕਰ ਸਕਦੇ ਆ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਓ ਰਾਜਨੀਤਿਕ ਸ਼ਕਤੀ ਇਕੱਠੀ ਕਰਨ ਲਈ, ਜਦੀ ਉਹ ਜ਼ਿਕਰ ਕਰ ਰਹੇ ਆ, ਔਰ ਇਹ ਹੋ ਸਕਦਾ ਜੀ? ਨਹੀਂ, ਪਹਿਲਾਂ ਹੁੰਦੇ ਰਹੇ ਆਦੇਸ਼, ਤਾਂ ਆਦੇਸ਼ ਤਾਂ ਕੋਈ ਅਲੋਕਾਰ ਗੱਲ ਨਹੀਂ ਹੈ। ਆਪਣੇ ਸੁਰਜੀਤ ਸਿੰਘ ਬਰਨਾਲਾ ਵੇਲੇ ਵੀ ਸਿਸਟੇ ਆਪਣੇ 1987 ਪ੍ਰੋਫੈਸਰ ਦਰਸ਼ਨ ਸਿੰਘ ਨੇ ਆਦੇਸ਼ ਹੀ ਕੀਤਾ ਸੀ ਨਾ, ਨਵਾਂ ਅਕਾਲੀ ਦਲ ਬਣਾ ਕੇ ਉਹਦਾ ਵਿਧੀ ਵਿਧਾਨ ਵੀ ਜਾਰੀ ਕੀਤਾ ਸੀਗਾ, ਤੇ ਉਹ ਥੀਮ ਉਹਦਾ ਉਹੀ ਆਨੰਦਪੁਰ ਸਾਹਿਬ ਦੇ ਮਤੇ ਵਾਲਾ ਸੀਗਾ। ਕੁਛ ਚੇਂਜਿਸ ਕੀਤੀਆਂ ਸੀ ਸਾਰੀ ਗੱਲ ਦੇ ਵਿੱਚ ਆ ਕੇ, ਤੇ ਉਹਨੂੰ ਉਸ ਆਦੇਸ਼ ਨੂੰ ਉਸ ਵੇਲੇ ਸੁਰਜੀਤ ਸਿੰਘ ਬਰਨਾਲਾ ਨੇ ਨਹੀਂ ਸੀ ਮੰਨਿਆ, ਇਸ ਕਰਕੇ ਉਹਨੂੰ ਸਿੱਖ ਪੰਥ ਦੇ ਵਿੱਚੋਂ ਖਾਰਿਜ ਕਰ ਦਿੱਤਾ ਗਿਆ ਸੀ। ਉਦੋਂ ਮਸਲਾ ਇਹੀ ਸੀਗਾ, ਪਹਿਲਾਂ ਵੀ ਇਹ ਇਸ਼ੂ ਦੇ ਇਸ ਤਰ੍ਹਾਂ ਆਉਂਦੇ ਰਹੇ ਆ, ਕੋਈ ਐਸੀ ਗੱਲ ਨਹੀਂ ਹੈ। 1994 ਦੇ ਵਿੱਚ ਜਦੋਂ ਆਪਣੇ
ਫਿਰ ਮੂਵ ਚੱਲੇ ਸੀ ਜਥੇਦਾਰ ਸੀਗੇ ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਤੇ ਤਲਵੱਡੀ ਸਾਬੋ, ਜਦੋਂ ਖਾਲਸਾ ਮਾਰਚ ਉੱਥੇ ਸਾਰੇ ਕਲਮੀਨੇਟ ਹੁੰਦੇ ਆ, ਤੇ ਉਸ ਤੋਂ ਬਾਅਦ ਰਾਤ ਨੂੰ ਜਿਹੜੀ ਉੱਥੇ ਸਟੇਜ ਤੋਂ ਗੱਲ ਚੱਲੀ ਸੀ, ਉੱਥੇ ਫਿਰ ਸਾਰਿਆਂ ਦੇ ਅਸਤੀਫੇ ਲੈਣ ਦੀ ਗੱਲ ਕੀਤੀ ਗਈ ਸੀ, ਉਦੋਂ ਵੀ ਇਹ ਉੱਥੋਂ ਇਹੀ ਗੱਲ ਨਿਕਲੀ ਸੀਗੀ ਤੇ ਬਾਦਲ ਸਾਹਿਬ ਨੇ ਉਦੋਂ ਉਸ ਵਿਰੋਧ ਕੀਤਾ ਸੀਗਾ। ਸੋ ਇਹ ਇਸ਼ੂ ਚੱਲਦਾ ਰਿਹਾ। ਗੱਲ ਸਿਰਫ ਰੰਧਾਵਾ ਜੀ ਇਕੱਠੇ ਹੋਣ ਦੀ ਨਹੀਂ ਹੈ, ਕਾਫੀਆਂ ਗੱਲਾਂ ਕੀਤੀਆਂ ਗਈਆਂ। ਦੋਵੇਂ ਜਥੇਦਾਰ ਇਸ ਗੱਲੋਂ ਬਹੁਤ ਸਿਆਣੇ ਹੈ, ਉਹ ਇਤਿਹਾਸਕ ਦੇ ਇਤਿਹਾਸ ਦੇ ਪਰਪੇਖ ਤੋਂ ਵੀ ਗੱਲ ਕੀਤੀ ਉਹਨਾਂ ਨੇ ਸਾਰੀ, ਕਿ ਜਦੋਂ ਸਿੱਖ ਪੰਥ ਇਕੱਠਾ ਹੁੰਦਾ ਤੇ ਉਹਨਾਂ ਨੇ ਕਿਵੇਂ ਦਿੱਲੀ ਨਾਲ ਵੀ ਟੱਕਰ ਲਈ ਤੇ ਪੰਜਾਬ 'ਚ ਆਪਣੇ ਰਾਜ ਵੀ ਕੀਤਾ। ਸਮੇਂ ਸਮੇਂ ਤੇ ਆਪਣਾ 47 ਤੋਂ ਬਾਅਦ ਵੀ ਦੇਖ ਲਓ ਕਰਦੇ ਰਹੇ ਰਾਜ। ਰਾਜ ਤਾਂ ਦੋ ਸਰਕਾਰਾਂ ਸੀ ਅਕਾਲੀ ਦਲ ਦੀਆਂ, ਆਪਾਂ ਉਹਨਾਂ ਨੂੰ ਕਿਵੇਂ ਕਹਿ ਰਹੇ ਵੀ ਪੰਥ ਦੀ ਸਰਕਾਰ ਨਹੀਂ ਸੀ, ਉਹ ਭਾਵੇਂ ਨਾ ਆਪਣੇ ਆਪ ਨੂੰ ਪੰਥ ਕਹਿਣ। 3 ਧਰਮਾਂ ਤਾਂ ਬਾਦਲ ਸਾਹਿਬ ਪੂਰੀਆਂ ਕਰ ਗਏ ਸੀਗੇ, ਰਾਜ ਤਾਂ ਕਰਦੇ ਰਹੇ ਹਨ। ਹੁਣ ਖੇਰੂ ਖੋਰ ਹੋਈ ਵੀ ਹੈ ਪੰਥ ਦੀ ਸ਼ਕਤੀ 3 ਧਰਮਾਂ ਪੂਰੀਆਂ ਹੋਣ ਤੋਂ ਬਾਅਦ ਵੀ, ਰਾਦਰ ਖੇਰੂ ਖੇਰੂ ਉੱਥੇ ਹੀ ਹੋਈ ਹੈ। ਤੇ ਹੁਣ ਜੇ ਇਕੱਠੇ ਕਰਨ ਦੀ ਗੱਲ ਚੱਲ ਰਹੀ, ਹੁਣ ਜਿਹੜਾ ਮਸਲਾ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੈ ਇਸ ਵੇਲੇ ਜੀ, ਜਦ ਤੱਕ ਰੰਧਾਵਾ ਜੀ ਉਹ ਸਿਰੇ ਨਹੀਂ ਲੱਗਦਾ, ਉਦੋਂ ਤੱਕ ਤਾਂ ਇਕੱਠੇ ਕਰਨ ਦਾ ਫਾਇਦਾ ਕੋਈ ਨਹੀਂ। ਔਰ ਜਿਹੜੀ ਲੀਡਰਸ਼ਿਪ ਤੁਸੀਂ, ਤੁਹਾਨੂੰ ਪੰਥ ਨੂੰ ਜਿਸ ਲੀਡਰਸ਼ਿਪ ਨੇ ਫੇਲ ਕਰ ਦਿੱਤਾ ਹੋਵੇ ਕਿ ਤੁਸੀਂ ਮੁੜ ਕੇ ਉਹਨਾਂ ਨੂੰ ਫਿਰ ਅੱਗੇ ਲਾਓਗੇ, ਮੈਂ ਉਹ ਉਹਨਾਂ ਦੀ ਇੰਟੈਂਸ਼ਨ ਬਹੁਤ ਵਧੀਆ ਵੀ ਇਕੱਠੇ ਹੋ ਜਾਓ, ਕਿ ਉਹ ਲੀਡਰਸ਼ਿਪ ਦੁਬਾਰਾ ਆ ਸਕਦੀ ਹੈ। ਲੀਡਰਸ਼ਿਪ ਇਸ ਤਰ੍ਹਾਂ ਥੋਪ ਨਹੀਂ ਜਾਂਦੀ, ਵਿੱਚੋਂ ਨਿਕਲਦੀਆਂ ਕਿਸੇ ਪ੍ਰੋਸੈਸ ਦੇ ਵਿੱਚੋਂ। ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ, ਡਿਬੇਟ ਹੋਣੀ ਚਾਹੀਦੀ ਹੈ ਵੀ ਅੱਗੇ ਕਰਨਾ ਕੀ ਹੈ। ਪਹਿਲਾਂ ਤਾਂ ਇਹ ਮਸਲਾ ਜਿੱਥਿਆ ਜਾਵੇ ਵੀ ਜਿਹੜੀ ਇਹ ਦਾਗੀ ਲੀਡਰਸ਼ਿਪ, ਮੈਂ ਦਾਗੀ ਲਫ਼ਜ਼ ਯੂਜ਼ ਕਰੂੰਗਾ, ਇਸ ਦਾਗੀ ਲੀਡਰਸ਼ਿਪ ਦਾ ਕਰਨਾ ਕੀ ਹੈ। ਇਹ ਅੱਜ ਗੱਲ ਚੱਲੀ ਵੀ ਹੁਣ ਬੇਹੁਰਮਤੀਆਂ ਹੋ ਰਹੀਆਂ ਲਗਾਤਾਰ, ਜਦੋਂ 2015 'ਚ ਇਹ ਪ੍ਰੋਸੈਸ ਹੋਇਆ ਉਹ ਤਾਂ ਸਰਕਾਰ ਤਾਂ ਪੰਥ ਨਹੀਂ ਸੀਗੀ ਉਸ ਵੇਲੇ, ਅਤੇ ਪਤਾ ਸੀ ਕੌਣ ਕਰਾ ਰਿਹਾ, ਇਹ ਕਿਹੜਾ ਨਹੀਂ ਸੀ ਪਤਾ। ਹੁਣ ਕਹਿੰਦੇ ਵੀ ਨਹੀਂ ਪਤਾ ਲੱਗ ਰਿਹਾ ਕਿ ਪੰਥ ਦੀ ਸ਼ਕਤੀ ਖੇਰੂ ਖੋਰੂ ਹੋਈ ਵੀ, ਉਹ ਤਾਂ ਸਾਰਾ ਪੰਥ ਇਕੱਠਾ ਸੀ, ਪਤਾ ਸੀ ਸਾਰਾ ਕੁਛ ਕੀ ਹੋ ਰਿਹਾ। ਸੋ ਇਹ ਅੱਛਾ ਮੂਵ ਹੈ ਆਪਣੇ ਆਪ ਦੇ ਵਿੱਚ, ਲੇਕਿਨ ਇਹ ਸਾਰੀ ਬੈਠ ਕੇ ਰਿਵਿਊ ਕਰਨ ਵਾਲੀ ਗੱਲ ਹੈ। ਪਹਿਲਾਂ ਤਾਂ ਇਸ ਜਿਹੜੀ ਇਸ ਵੇਲੇ ਦੀ ਲੀਡਰਸ਼ਿਪ ਹੈ, ਜਿਹੜੀ ਦਾਗੀ ਲੀਡਰਸ਼ਿਪ ਹੈ, ਇਹਦੇ ਬਾਰੇ ਫੈਸਲਾ ਹੋਣਾ ਚਾਹੀਦਾ ਵੀ ਇਹਦਾ ਕਰਨਾ ਕੀ ਹੈ। ਜੇ ਸੋਚੋ ਵੀ ਇਹੀ ਲੀਡਰਸ਼ਿਪ ਇਹਨਾਂ ਨੂੰ ਨਵਾਂ ਏਜੰਡਾ ਭਾ ਦੇ ਦਿਓ ਕਿ ਇਹ ਕੋਈ ਨਵੀਂ ਸੇਧ ਦੇਣਗੇ, ਉਹ ਤਾਂ ਲੱਗਦਾ ਨਹੀਂ ਮੈਨੂੰ। ਸੋ ਏਜੰਡਾ ਕੋਈ ਕਮੀ ਨਹੀਂ ਗੀ, ਪੰਥ ਨੂੰ ਤਕੜਾ ਕਿਵੇਂ ਕਰਨਾ ਸਾਰਿਆਂ ਨੂੰ ਪਤਾ, ਅਤੇ ਪੰਥ ਨੂੰ ਟੱਕਰ ਦੇਣ ਵਾਲੇ ਲੀਡਰ 50 ਦੇ ਵਿੱਚ ਪਿਛਲੇ ਪੈਦਾ ਹੋਏ ਵੀ ਹੈ ਦਿੱਲੀ ਨੂੰ ਟੱਕਰ ਦੇਣ ਵਾਸਤੇ, ਇਹ ਕਿਹੜਾ ਨਹੀਂ ਹੋਏ ਪੈਦਾ। ਅਸੀਂ ਕੁਛ ਲੀਡਰ ਕੁਛ ਨਾ ਲੈਣਾ ਨਹੀਂ ਚਾਹੁੰਦੇ ਹੁੰਦੇ, ਗੱਲ ਵੱਖਰੀ ਹੈਗੀ ਹੈ, ਲੇਕਿਨ ਉਹ ਸਾਰਾ ਇਤਿਹਾਸ ਤਾਂ ਪਿਆ ਹੈਗਾ, ਪਿਛਲੇ 50 ਦਾ ਇਤਿਹਾਸ ਚੁੱਕੋ, ਬਹੁਤ ਕੁਛ ਹੋਇਆ। ਸੋ ਇਸ ਵੇਲੇ ਗਾਹ ਤੁਰਨ ਦੀ ਗੱਲ ਹੈ। ਨੰਬਰ 1, ਜਦੋਂ ਪੰਥ ਇਕੱਠਾ ਕਰਨ ਦੀ ਗੱਲ ਕਰਦੇ ਹਾਂ, ਉਦੋਂ ਇਹ 4 ਲੀਡਰ ਇਕੱਠੇ ਕਰਕੇ ਨਹੀਂ ਹੋਣਾ, ਪੰਥ ਟੁੱਟਿਆ ਕਿਵੇਂ, ਤੁਹਾਡੀ ਜਿਹੜੀ ਸਿੱਖ ਜਗਤ ਹੈ ਇਹ ਖੇਰੂ ਖੇਰੂ ਕਿਵੇਂ ਹੁੰਦਾ ਹੈ। ਬਈ ਲੋਕ ਡੇਰਿਆਂ ਵੱਲ ਜਾਂਦੇ, ਡੇਰਿਆਂ ਵੱਲ ਜਾਂਦੇ ਵੀ ਕਮੀ ਕਮਜ਼ੋਰੀ ਕਿਹਦੇ 'ਚ ਹੈ, ਲੋਕ ਕਿਉਂ ਗਏ ਡੇਰਿਆਂ ਦੇ ਵਿੱਚ,
ਕਿਤੇ ਤੁਹਾਡੇ 'ਤੇ ਨੁਕਸ ਪਿਆ ਤਾਂ ਗਏ ਹੈ ਨਾ। ਜੇ ਪਿੰਡਾਂ ਦੇ ਵਿੱਚ ਗੁਰਦੁਆਰੇ ਅਤੇ ਸ਼ਮਸ਼ਾਨ ਜਾਤ ਪਾਤ ਦੇ ਨਾਂ 'ਤੇ ਆ ਗਏ, ਇਹਦੇ ਹੱਥ ਜ਼ਿੰਮੇਦਾਰ ਕੌਣ ਹੈ? ਉਹ ਲੋਕ ਡੇਰਿਆਂ 'ਤੇ ਜਾਂਦੇ ਆ ਕਿ ਤੁਸੀਂ ਐਸ ਜੀ ਪੀ ਸੀ ਦੀ ਕਦੇ ਮੀਟਿੰਗ ਡਿਨਰ ਹਾਊਸ ਬੁਲਾ ਕੇ 2 ਦਿਨ ਇਹ 'ਤੇ ਡਿਸਕਸ ਕੀਤਾ, ਉਸ ਬਾਡੀ ਨੇ ਇਹੀ ਕਰਨਾ ਨਾ। ਪਿਛਲੇ 20-25 ਸਾਲ ਦੇ ਵਿੱਚ ਐਸ ਜੀ ਪੀ ਸੀ ਨੇ ਕਦੇ 2 ਦਿਨ ਬੈਠ, ਇੱਕ ਦਿਨ ਹੀ ਛੱਡੋ, ਸਵੇਰ ਤੋਂ ਸ਼ਾਮ ਤੱਕ ਇਸ ਮਸਲੇ 'ਤੇ ਕਿਤੇ ਵਿਚਾਰ ਵਟਾਂਦਰਾ ਕੀਤਾ ਹੋਵੇ? ਨਾਲ 4 ਬੰਦੇ ਜੇ ਬਾਹਰੋਂ ਵੀ ਬੁਲਾਏ ਹੋਣ ਜ਼ਿਆਦਾ ਚੰਗੀ ਗੱਲ ਹੈ। ਕੀ ਕਦੇ ਵਿਚਾਰ ਵਟਾਂਦਰਾ ਕੀਤਾ? ਰੰਧਾਵੇ ਨੇ ਸਟੇਜ ਤੋਂ ਗੱਲਾਂ ਕਰਨੀਆਂ, ਹੋਰ ਗੱਲ ਹੁੰਦੀ ਹੈ। ਜਿਨ੍ਹਾਂ ਨੇ ਇਹ ਫੈਸਲੇ ਲੈਣੇ ਹੈ, ਤੁਹਾਡੀ ਤਾਂ ਇੱਕ ਮਰਿਆਦਾ ਹੀ ਲਾਗੂ ਨਹੀਂ। ਅੱਜ ਉਹ ਗੱਲ ਵੀ ਚੱਲੀ ਵੀ ਹਜ਼ੂਰ ਸਾਹਿਬ ਵਾਲੇ ਇਸ ਤਰ੍ਹਾਂ ਸਰੋਪੇ ਦੇਈ ਜਾਂਦੇ ਹਰ ਇੱਕ ਨੂੰ, ਜਿਹੜੇ ਪੰਜਾਬ ਤੋਂ ਬਾਹਰਲੇ ਸਿੱਖ ਹੈ ਉਹਨਾਂ ਦੇ ਨਾਲ ਗਲਤਾਂ ਕਰਕੇ ਦੇਖੋ ਨਾ ਵੀ ਉਹ ਕਿਸ ਸਿਚੁਏਸ਼ਨ ਦੇ ਵਿੱਚ ਉਹ ਜਿਉਂਦੇ ਆ। ਦੱਖਣੀ ਸਿੱਖਾਂ ਦੇ ਬਾਰੇ ਤੁਸੀਂ ਕਦੇ ਉਹਨਾਂ ਦੀ ਸਟੱਡੀ ਕੀਤੀ ਹੈ ਵੀ ਉਹ ਲੋਕ ਕਿਵੇਂ ਆਪਣਾ ਕਾਰ ਵਿਹਾਰ ਕਰਦੇ ਆ, ਕੀ ਹੈ? ਨੌਰਥ ਈਸਟ ਦੇ ਸਿੱਖ ਹੈਗੇ ਹੈ, ਤੁਸੀਂ ਤਾਂ ਵਸਾਰੀ ਬੈਠੇ ਹੋ ਸਾਰਿਆਂ ਨੂੰ। ਪੰਜਾਬ 'ਚ ਤੁਸੀਂ ਸਿੱਖਾਂ ਨੂੰ ਜਾਤ ਪਾਤ ਦੇ ਵਿੱਚ ਵੰਡਤਾ, ਬਾਹਰ ਦੇ ਸਿੱਖਾਂ ਨੂੰ ਤੁਸੀਂ ਵੈਸੇ ਹੀ ਵਸਾਰਿਆ ਹੋਇਆ। ਹਰਿਆਣੇ ਦੇ ਸਿੱਖ ਤੁਹਾਥੋਂ ਅਲੱਗ ਹੋਏ ਹੋਏ, ਨਾਲ ਦੀ ਸਟੇਟ ਹੈ ਜਿਹੜੇ ਇਕੱਠੇ ਸੀਗੇ। ਸੋ ਅੱਜ ਦੀ ਤਰੀਕ ਦੇ ਵਿੱਚ ਹਾਲਤ ਪੰਥ ਦੀ ਇਹ ਹੈ। ਗੱਲ ਸਿਰਫ 4 ਲੀਡਰ ਇਕੱਠੇ ਕਰਕੇ ਅਕਾਲੀ ਦਲ ਦੇ, ਅਤੇ ਪੰਥ ਇਕੱਠਾ ਨਹੀਂ ਹੋਣਾ। ਜਿਹੜੇ ਇਨ ਟੋਟੈਲਿਟੀ ਗੱਲ ਕਰਨੀ ਹੈ, ਫਿਰ ਬੈਠੋ, ਰਿਵਿਊ ਕਰੋ। ਸਿੰਘ ਸਾਹਿਬ ਆਦੇਸ਼ ਕਰਨ ਐਸ ਜੀ ਪੀ ਸੀ ਨੂੰ ਕਿ ਤੁਸੀਂ ਆਪਣੇ ਜਨਰਲ ਹਾਊਸ ਦੀ ਮੀਟਿੰਗ ਬੁਲਾਓ, 2 ਦਿਨ ਸਾਰੀ ਸਿਚੁਏਸ਼ਨ ਡਿਸਕਸ ਕਰੋ। ਉੱਥੇ ਜਿਹੜੇ ਸਿੱਖਾਂ ਦੇ ਲੋਕ ਵਿਦਵਾਨ ਘੁੰਮਦੇ ਆਪਣੇ ਆਪ ਨੂੰ, ਉਹਨਾਂ ਨੂੰ ਵੀ ਬੁਲਾਓ, ਉਹਨਾਂ ਦੇ ਵਿਚਾਰ ਵੀ ਸੁਣੋ, ਆਪ ਵੀ ਬੈਠ ਕੇ ਡਿਬੇਟ ਕਰੋ, 2-3 ਵਾਰੀ ਡਿਬੇਟ ਕਰੋ, ਫਿਰ ਕੁਛ ਗੱਲ ਬਾਹਰ ਨਿਕਲੇਗੀ। ਇਸ ਤਰ੍ਹਾਂ ਸਟੇਜਾਂ ਤੋਂ ਗੱਲ ਕਰਨ ਦੇ ਨਾਲ ਕੁਛ ਨਹੀਂ ਆਉਣਾ। ਤੁਸੀਂ ਠੀਕ ਕਿਹਾ, ਪਹਿਲਾਂ ਤਾਂ ਤੁਹਾਨੂੰ ਦਰਪੇਸ਼ ਸਮੱਸਿਆਵਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ। ਤੁਸੀਂ 2 ਦਿਨ ਦੇ ਸਮਾਗਮ 'ਚ ਪਹਿਲਾਂ ਨਿਸ਼ਾਨਦੇਹੀ ਕਰ ਲਓ ਪਹਿਲੇ ਸੈਸ਼ਨ 'ਚ, ਅਤੇ ਫਿਰ ਇੰਟਲੈਕਚੁਅਲ ਜਿਹੜੇ ਆਪਣੇ ਆਪ ਕਹਿੰਦੇ ਵੀ ਅਸੀਂ ਸਾਰੀ ਉਮਰ ਇਹੀ ਕੰਮ ਕੀਤਾ ਹੈ, ਇਤਿਹਾਸ ਪੜ੍ਹਿਆ, ਇਤਿਹਾਸ ਪੜ੍ਹਾਇਆ, ਅਤੇ ਹੁਣ ਸਿਚੁਏਸ਼ਨਸ ਨੂੰ ਉਹ ਐਨਾਲਾਈਜ਼ ਕਰਨ ਵਾਲੇ ਬੰਦਿਆਂ ਨੂੰ ਕਹੋ ਕਿ ਆਹ ਸਮੱਸਿਆਵਾਂ ਨੇ ਅਤੇ ਇਹਦੇ ਲਈ ਹੁਣ ਅੱਗੇ ਕੀ ਕੀਤਾ ਜਾਵੇ। 2 ਦਿਨ ਦੇ ਵਿੱਚ ਇੱਕ ਕੰਕਰੀਟ ਏਜੰਡਾ ਜਿਹਾ ਬਣਾ ਕੇ ਉੱਠਿਆ ਜਾਵੇ, ਕਦੇ ਇੰਝ ਹੁੰਦਾ ਨਹੀਂ। ਮੈਂ ਸਰਦਾਰ ਹਮੀਰ ਸਿੰਘ ਜੀ, ਪਰਖਿਆਂ ਨੂੰ ਪਰਖੇ ਜਾਣ ਦੀ ਗੱਲ ਨੂੰ ਕਿੰਨੀ ਕੁ ਦੇਰ ਤੱਕ ਲੋਕ ਪ੍ਰਵਾਨ ਕਰਨਗੇ? ਨੰਬਰ 1। ਨੰਬਰ 2, ਕਿ ਜੇਕਰ ਇਸ ਵੇਲੇ ਪੁਰਾਣੀ ਸਾਰੀ ਲੀਡਰਸ਼ਿਪ ਮੌਕਾ ਬਾ ਮੌਕਾ ਐਕਸਪੋਜ਼ ਹੋ ਚੁੱਕੀ ਹੈ, ਉਹਨਾਂ ਨੂੰ ਲੋਕ ਕਿਸੇ ਏਕਤਾ 'ਚ ਬੱਝਿਆ ਹੋਇਆਂ ਨੂੰ ਵੀ ਵਿਸ਼ਵਾਸ ਕਰਨਗੇ ਕੀ? ਔਰ ਜੇਕਰ ਇਹਨਾਂ ਸਾਰਿਆਂ ਨੂੰ ਪਾਸੇ ਹਟਣ ਲਈ ਕਿਹਾ ਜਾਵੇ ਤਾਂ ਕੀ ਸਿੰਘ ਸਾਹਿਬਾਨ ਦੇ ਕਹਿਣ 'ਤੇ ਹਟ ਜਾਣਗੇ ਜੀ ਸਾਰੇ? ਸਮੁੱਚਤਾ 'ਚ ਜਿੰਨੇ ਲੀਡਰ ਹੁਣ ਤੱਕ ਅਗਵਾਈ ਕਰਦੇ ਆ ਅਤੇ ਕੋਈ ਨਤੀਜੇ ਨਹੀਂ ਲਿਆ ਸਕੇ, ਭਾਵੇਂ ਕੋਈ ਕਿਸੇ ਵੀ ਦਲ ਦਾ, ਜੇ ਉਹਨਾਂ ਨੂੰ ਪਾਸੇ ਹੋਣ ਲਈ ਕਹਿਤਾ ਜਾਵੇ ਔਰ ਨਵੀਂ ਲੀਡਰਸ਼ਿਪ ਲਈ ਹੰਭਲਾ ਮਾਰਨ ਲਈ ਕੀ ਕੀਤਾ ਜਾਵੇ? ਇਹ ਵੀ ਤਾਂ ਸਵਾਲ ਹੈ। ਸੋ ਪੰਥਕ ਏਕਤਾ, ਰਾਜਨੀਤਿਕ ਸ਼ਕਤੀ ਇਕੱਠੀ ਕਰਨੀ, ਰਾਜਨੀਤਿਕ ਸ਼ਕਤੀ ਪਈ ਕਿੱਥੇ ਕਿੱਥੇ ਆ, ਇਹ ਚੀਜ਼ਾਂ ਦੀ ਨਿਸ਼ਾਨਦੇਹੀ ਕਿਵੇਂ ਹੋਵੇ? ਉਹ ਮੇਰੇ ਖਿਆਲ ਅਜੇ ਪ੍ਰੋਬਲਮ ਨੂੰ ਪਿੰਨ ਪੁਆਇੰਟ ਕਰ ਰਹੇ ਨੇ ਕਿ ਇਦੋਂ ਪਹਿਲਾਂ ਬੜੇ ਦੇਰ ਦਾ ਇਹ ਪ੍ਰੋਸੈਸ ਚੱਲਦਾ। ਸਿੰਘ ਸਾਹਿਬ ਵਾਰ ਵਾਰ ਆਪਣੀਆਂ ਸਪੀਚਾਂ 'ਚ ਕਹਿੰਦੇ ਨੇ ਔਰ ਸਾਰੇ ਹੀ ਕਹਿੰਦੇ ਨੇ, ਐਸ ਜੀ ਪੀ ਸੀ ਪ੍ਰਧਾਨ ਵੀ ਕਹਿੰਦੇ ਨੇ, ਬਾਕੀ ਵੀ ਸਿੱਖ ਸੰਸਥਾਵਾਂ ਕਮਜ਼ੋਰ ਹੋ ਗਈਆਂ, ਹੁਣ ਇਹਦੀ ਸੁਣਵਾਈ ਨਹੀਂ ਹੈ, ਕੋਈ ਦਿੱਲੀ 'ਚ ਮੀਟਿੰਗ ਨਹੀਂ ਦਿੰਦਾ, ਕੋਈ ਇੱਥੇ ਨਹੀਂ ਦਿੰਦਾ, ਕੋਈ ਇੱਥੇ ਨਹੀਂ ਦਿੰਦਾ, ਉਹ ਸਾਰੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਸਾਰੇ ਕਿਤੇ।
ਔਰ ਈਵਨ ਅਕਾਲੀ ਦਲ ਦੇ ਨਾਲ ਉਹਨਾਂ ਦੀ ਵੀ ਤਾਕਤ ਜੁੜੀ ਹੋਈ ਸੀ, SGPC ਦੀ ਤਾਕਤ ਵੀ ਸੀ, ਬਾਕੀ ਤਾਕਤਾਂ ਵੀ ਸੀ, ਕਿਉਂਕਿ ਅਕਾਲੀ ਦਲ ਵੀਕ ਹੁੰਦਾ 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 ਜੇ ਜਮਾਨਤ ਜ਼ਬਤ ਤੇ ਪਹੁੰਚ ਜਾਏਗਾ ਤੇ ਲੋਕਾਂ 'ਚ ਭਰੋਸਾ ਖੋਲ ਦੇਗਾ, ਤਾਂ ਉਹਦੇ ਹੀ ਨੁਮਾਇੰਦੇ ਸ਼੍ਰੋਮਣੀ ਕਮੇਟੀ ਚਲਾ ਰਹੇ ਨੇ ਨਾ, ਤਾਂ ਇਹ ਇੱਕ ਜੁੜਿਆ ਹੋਇਆ ਤਾਣਾ ਬਣਾ ਸਾਰਾ ਅਸਲ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਦੋਂ ਉਹ ਕਹਿ ਰਹੇ ਨੇ ਕਿ ਪੋਲੀਟੀਕਲ ਤਾਕਤ ਇਕੱਠੀ ਕਰੇ ਬਿਨਾਂ ਚਾਰਾ ਨਹੀਂ, ਇਹ ਤਾਂ ਗੱਲ ਠੀਕ ਹੈ, ਪੋਲੀਟੀਕਲ ਤਾਕਤ ਇਕੱਠੇ ਕੀਤੇ ਬਿਨਾਂ ਕੋਈ ਤਾਕਤ ਮੰਨੂਗਾ ਨਹੀਂ ਜੇ ਤਾਕਤ ਇਕੱਠੀ ਨਹੀਂ ਸੋਲਿਡ ਨਹੀਂ, ਔਰ ਉਹ ਸਾਰੇ ਮਾਮਲੇ ਦੇ ਵਿੱਚ ਤਾਂ ਉਹੀ ਹੋਏਗਾ। ਹੁਣ ਇਹ ਉਦੋਂ ਅਗਲੇ ਸਵਾਲ ਨੇ ਕਿ ਉਹਨਾਂ ਨੂੰ ਕਿਵੇਂ ਨਜਿੱਠਦੇ ਨੇ। ਮੇਰਾ ਖਿਆਲ ਹੈ ਜੀ ਉਹ ਮਾਹੌਲ ਬਣਾ ਰਹੇ ਨੇ ਆਪਣੇ ਤਰੀਕੇ ਨਾਲ ਗੱਲ ਕਰਕੇ, ਲੰਬਾ ਸੰਗਤ ਦੇ ਸਾਹਮਣੇ ਸਵਾਲ ਰੱਖਣੇ ਹੁੰਦੇ ਨੇ, ਜਿੱਥੇ ਵੀ ਕਿਤੇ ਲੈਕਚਰ ਕਰਨ ਜਾ ਰਹੇ ਨੇ ਆਪਣੀ ਗੱਲ ਰੱਖ ਰਹੇ ਨੇ ਕਿ ਭਾਈ ਆਹ ਚੀਜ਼ ਹੈ, ਇਦੋਂ ਬਿਨਾਂ ਚਾਰਾ ਨਹੀਂ ਹੋਣਾ, ਤੇ ਉਹਦੇ ਚ ਕੀ ਕਿਹੋ ਜਿਹੀਆਂ ਪ੍ਰਪੋਜ਼ਲਾਂ ਆਉਣ, ਕਿਹੋ ਜਿਹੀ ਗੱਲ ਹੋਵੇ, ਕਿਹੜਾ ਤਰੀਕਾ ਹੋਏਗਾ, ਕਿਹੜਾ ਨਹੀਂ ਹੋਏਗਾ। ਇੱਕੋ ਦਮ ਤਾਕਤ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਤਾਕਤ ਮਿਸਲਾਂ ਨੇ ਖਿੰਡ ਗਈ, ਵੈਸੇ ਜਦੋਂ ਜਹਿਦ ਕਰ ਰਹੀਆਂ ਨੇ ਹੁਣ ਉਹੀ ਜੀ ਤਾਕਤ ਤਾਂ ਬਚੀ ਨਹੀਂ, ਹੁਣ ਤਾਂ ਤਾਕਤ ਡਿਮੋਰਲਾਈਜ਼ਡ ਤਾਕਤ ਹੈ ਇੱਕ ਟਾਈਪ ਦੀ, ਲੋਕਾਂ ਦੇ ਭਰੋਸੇ ਦੇ ਸੰਕਟ ਨਾਲ ਜੂਝ ਰਹੀ ਹੈ। ਮਿਸਲਾਂ ਦਾ ਤਾਂ ਕੰਮ ਇਹ ਸੀ ਨਾ ਵੀ ਉਹਦਾ ਇਸ ਏਰੀਏ 'ਚ ਕੰਮ ਹੈ ਇੱਥੇ ਮਜ਼ਬੂਤ ਹੈ, ਉਹਦਾ ਇਸ ਏਰੀਏ 'ਚ ਕੰਮ ਹੈ ਇੱਥੇ ਮਜ਼ਬੂਤ ਹੈ, ਇਕੱਠਾ ਕਰ ਦਿਓ ਪੈਨ ਪੰਜਾਬ ਹੋ ਜਾਏਗਾ। ਉਹ ਜਿਹਾ ਕੰਮ ਤਾਂ ਹੈ ਨਹੀਂ ਕਿ ਉਵੇਂ ਇਕੱਠਾ ਕਰਕੇ ਕੋਈ ਗੱਲ ਹੋ ਜਾਏਗੀ। ਰੌਲਾ ਤਾਂ ਇਹੀ ਹੋਏਗਾ ਕਿ ਧਾਰਮਿਕ ਸਿਆਸੀ ਸਮਾਜਿਕ ਖੇਤਰ ਦੇ ਵਿੱਚ ਉਹ ਕਿਹੋ ਜਿਹੀ ਮੂਵਮੈਂਟ ਚਲਾਉਂਦੇ ਨੇ ਜਥੇਦਾਰ ਸਾਹਿਬ। ਇਦੋਂ ਪਹਿਲਾਂ ਵੀ ਲੋਕ ਜਥੇਦਾਰ ਸਾਹਿਬਾਨ ਨੇ ਬੜੇ ਕੀਤੇ ਨੇ, ਕਾਫਲੇ ਕੱਢੇ, ਕਦੇ ਕਦੇ ਲੋਕਾਂ 'ਚ ਸੰਗਤ 'ਚ ਗਏ, ਸੰਗਤ ਦੇ ਵਿੱਚੋਂ ਚੋਣ ਕੀਤੀ, ਹੌਲੀ ਹੌਲੀ ਚੱਲ ਕੇ ਲੋਕ ਉੱਭਰਦੇ ਨੇ, ਕਿਹੜੇ ਬੈਟਰ ਮੈਨੇਜਮੈਂਟ ਲੋਕ ਕਰਦੇ ਨੇ, ਕਿਹੜੇ ਉੱਭਰ ਕੇ ਸਾਹਮਣੇ ਆਉਂਦੇ ਨੇ, ਕਿਹੋ ਜਿਹੀਆਂ ਚੀਜ਼ਾਂ ਨੇ, ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ। ਮੇਰੇ ਖਿਆਲ ਜਿਹੜਾ ਇਸ ਦੀ ਸੋਚਦਾ ਵੀ ਸ਼ਾਇਦ 27 ਦੀ ਇਲੈਕਸ਼ਨ, 29 ਦੀ ਇਲੈਕਸ਼ਨ, ਇੱਥੇ ਇਲੈਕਸ਼ਨ, ਇਹ ਉਹਦੇ ਨਾਲ ਜੁੜ ਕੇ ਨਹੀਂ ਉਸ ਤੋਂ ਤਾਕਤ ਇਕੱਠੀ ਹੋਣੀ, ਤਾਕਤ ਇੱਕ ਪ੍ਰਕਿਰਿਆ 'ਚੋਂ ਆਉਣੀ ਹੈ। ਉਹ ਪ੍ਰਕਿਰਿਆ 'ਚੋਂ ਇਹ ਜ਼ਰੂਰ ਹੈ ਕਿ ਜਿਹੜੀ ਲੀਡਰਸ਼ਿਪ ਇੱਕ ਵਾਰ ਭਰੋਸਾ ਖੋ ਦਿੰਦੀ ਹੈ, ਦੁਬਾਰਾ ਭਰੋਸਾ ਬਣਾਉਣ ਦੇ ਲਈ ਪਾਸ਼ਚਾਤਾਪ ਤੇ ਕੁਰਬਾਨੀ, ਇਹ ਬਹੁਤ ਦੋ ਜ਼ਰੂਰੀ ਸ਼ਰਤਾਂ ਹੁੰਦੀਆਂ ਨੇ। ਇਹਦੇ ਤੋਂ ਬਿਨਾਂ ਭਰੋਸਾ ਨਹੀਂ ਦੁਬਾਰਾ ਅਟੇਨ ਕੀਤਾ ਜਾ ਸਕਦਾ ਹੁੰਦਾ। ਭਰੋਸੇ ਲਈ ਤਾਂ ਫਿਰ ਕੋਈ ਨਵੇਂ ਨਵਾਂ ਕੋਈ ਤੌਰ ਤਰੀਕਾ ਲੱਭਣਾ ਪੈਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿ ਕੀ ਹੋਏਗਾ। ਉਹ ਉਹਨਾਂ ਦੇ ਦਿਮਾਗ 'ਚ ਕੀ ਹੈ ਪਤਾ ਨਹੀਂ, ਕਿਹੜਾ ਤਰੀਕਾ ਹੋਏਗਾ, ਕਿਹੜਾ ਨਹੀਂ ਹੋਏਗਾ। ਹੁਣ ਤਾਂ ਅਕਾਲੀ ਦਲ ਵੀ ਜਿੰਨੇ ਹੈਗੇ, ਮੰਨ ਲਓ ਇੱਕ ਮੇਨ ਸਟ੍ਰੀਮ ਅਕਾਲੀ ਦਲ ਹੈ ਜਿਹੜੇ ਅਜੇ ਵੀ ਸੁਖਬੀਰ ਬਾਦਲ ਵਾਲਾ, ਤੇ ਦੂਸਰੇ ਬਾਕੀ ਅਕਾਲੀ ਦਲਾਂ ਦੀ ਵੀ ਹੋਂਦ ਕੀ ਹੈ ਤੁਸੀਂ ਦੱਸੋ, ਕਿਤੇ ਐਕਸ਼ਨ, ਕਿਤੇ ਕੋਈ ਗੱਲ, ਕਿਤੇ ਪ੍ਰੈਕਟਿਸ ਦੇ ਵਿੱਚ। ਕਈ ਲੀਡਰਸ਼ਿਪ ਕਮਿਟਡ ਦਿੱਤੇ ਹੁੰਦੇ ਨੇ, ਉਹਨਾਂ ਦਾ ਥੋੜਾ ਵਜੂਦ ਭਾਵੇਂ ਹੋਵੇ, ਪਰ ਉਹਨਾਂ ਕੋਲ ਕੋਈ ਗੱਲ ਹੋਣੀ ਚਾਹੀਦੀ ਆ, ਉਹ ਲੋਕਾਂ 'ਚ ਤੁਰੇ ਨਜ਼ਰ ਆਉਂਦੇ ਚਾਹੀਦੇ ਨੇ, ਤੇ ਉਹਨਾਂ ਕੋਲ ਐਂ ਲਗਾਤਾਰਤਾ ਦੇ ਵਿੱਚ ਕੋਈ ਚਿੰਤਾ, ਕੋਈ ਚਿੰਤਨ ਕਰਦੇ ਦਿਖਾਈ ਤਾਂ ਦੇਣੇ ਚਾਹੀਦੇ ਨੇ। ਕਿੱਥੇ ਨੇ ਦਿਖਾਈ ਤਾਂ ਮੈਂ ਤਾਂ ਨਹੀਂ, ਘੱਟੋ ਘੱਟ ਮੈਨੂੰ ਲੱਗ ਰਿਹਾ ਕਿ ਕਿਹੜੇ ਬੰਦੇ ਨੇ ਜਿਹਨਾਂ ਨੂੰ ਐਂ ਦੇਖਿਆ ਜਾਏ ਵੀ ਆਹ ਯਾਰ ਬੰਦੇ ਬਹੁਤ ਚਿੰਤਿਤ ਹੋ ਕੇ ਲਗਾਤਾਰ ਲੋਕਾਂ 'ਚ ਤੁਰੇ ਨੇ, ਭਾਵੇਂ ਘੱਟ ਨੇ ਪਰ ਇੱਕ ਕੰਟੀਨਿਊਟੀ ਦੇ ਵਿੱਚ ਲੱਗੇ ਹੋਏ ਨੇ ਪੰਥ ਨੂੰ ਬਚਾਉਣ ਲਈ, ਪੰਥ ਦੇ ਸਰੋਕਾਰਾਂ ਨਾਲ ਜੁੜੇ ਹੋਏ, ਉਹ ਵੀ ਤਾਂ ਕਿਤੇ ਦਿਖਾਈ ਨਹੀਂ ਦਿੰਦੇ। ਤਾਂ ਡਿਊਟੀ ਕਿਹਦੀ ਕਰਨੀ ਹੈ? ਡਿਊਟੀ ਉਹਨਾਂ ਦਾ ਸਵਾਲ ਨਹੀਂ ਹੈ, ਡਿਊਟੀ ਇੱਕ ਪਰਟੀਕੂਲਰ ਏਜੰਡੇ ਤੇ ਪੰਥਕ ਸੋਚ ਦੇ ਸਵਾਲ ਨੇ, ਉਹਨਾਂ ਸੋਚ ਤੇ ਫਿਰ ਇੱਕ ਆਰਗੇਨਾਈਜ਼ ਕਰਨ ਦੇ ਸਵਾਲ ਨੇ। ਅਜੇ ਚਾਹੇ ਅਡਹਾਕ ਕਮੇਟੀਆਂ ਬਣਾਓ, ਜੋ ਮਰਜ਼ੀ ਕਰੋ, ਲੰਮਾ ਚਲਾਉਣ ਦਾ ਕੁਐਸਚਨ ਹੋਏਗਾ, ਉਹ ਕਿੱਧਰੋਂ ਹੋਏਗਾ, ਕਿਹੜਾ ਰੂਪ ਉਹਦਾ ਸਰੂਪ ਹੋਏਗਾ, ਸ਼ਕਲ ਹੋਏਗੀ, ਇਹ ਕੋਈ ਹੁਣੇ ਤਾਂ ਨਹੀਂ ਕਿਹਾ ਜਾ ਸਕਦਾ। ਜਾਂ ਖਾਕਾ ਜਥੇਦਾਰ ਸਾਹਿਬਾਨ ਦੇ ਦਿਮਾਗ 'ਚ ਕੋਈ ਹੋਵੇ ਤਾਂ ਪਤਾ ਨਹੀਂ, ਸ਼ਾਇਦ ਉਹ ਇਕੱਠੀ ਕਰਕੇ ਤਾਕਤ ਫਿਰ ਅੱਗੇ ਤੋਰਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਕਰਨ, ਜਾਂ ਬੁਰੇ ਵੀ ਲੱਗ ਸਕਦੇ ਨੇ। ਕੋਈ ਜਥੇਦਾਰ ਇਕੱਲੀ ਧਾਰਮਿਕ ਸ਼ਖਸੀਅਤ ਤਾਂ ਥੋੜ੍ਹੀ ਨੇ, ਉਹ ਪੋਲੀਟੀਕਲ ਸ਼ਖਸੀਅਤਾਂ ਵੀ ਨੇ, ਨਾਲ ਦੀ ਨਾਲ ਉਸੇ ਲੱਗਦੇ ਕਿ ਤਾਕਤ 'ਤੇ ਬੈਠਦੇ ਨੇ, ਉਹ ਲੀਡ ਕਰਨ ਪੰਜਾਬ ਦੇ ਵਿੱਚ ਵਿਚਰਨ, ਲੋਕਾਂ ਨੂੰ, ਸਿੱਖਾਂ ਨੂੰ, ਦੁਨੀਆਂ ਦੇ ਵਿੱਚ ਆਲੇ ਦੁਆਲੇ, ਤੇ ਕੋਈ ਮਾਰਗਦਰਸ਼ਕ ਦੇਣ। ਉਦੋਂ ਬਾਅਦ ਬਣਾ ਦੇਣ ਕਮੇਟੀ, 6 ਮਹੀਨੇ ਤੁਰਨ ਫਿਰਨ ਤੇ ਗੱਲ ਕਰਨ, ਫਿਰ ਸ਼ਾਇਦ ਕੋਈ ਚੀਜ਼ ਸਾਰਿਆਂ ਨਾਲ ਡਿਸਕਸ ਕਰਕੇ ਉਦੋਂ ਬਾਅਦ ਕੋਈ ਵਿਚਾਰ ਨਿਕਲੇ ਆਉਂਦਾ। ਕਈ ਵਾਰ ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ ਜੀ।
ਸ਼ੁਕਰੀਆ ਜੀ।